देर ना तना देर ना तना देर ना बिस्मिल्लाह आ जी ए किन्नी दुनिया बैठी है हां जी सिर्फ तेनू जब भी पावां ते सीने ठंड पैंदी आ ਵੱਡੇ ਵੱਡੇ ਬੰਦੇ ਨੇ ਤਾਂ ਮੈਂ ਜੱਫੀ ਪਾਉਂਦਾ ਹੀ ਨਹੀਂ ਵੇਖਣ ਵਾਲੇ ਕਹਿੰਦੇ ਨੇ ਪਤਾ ਨਹੀਂ ਗੰਦੇ ਕੰਮ ਕਰਨ ਡੇ ਆ ਮੈਂ ਆਖਿਆ ਮੈਂ ਆਪਣੇ ਜਿਹੜਿਆਂ ਨੂੰ ਹੋਰ ਜੀ ਕਿੱਧਰ ਆਇਓ ਸਾਚੇ ਤੁਹਾਡਾ ਉਹ ਗਾਣਾ ਸੁਣਨ ਆਏ ਬੜਾ ਔਖਾ ਕੰਮ ਸਾਰੇ ਬੁਲਾਉਂਦੇ ਆ ਤੂੰ ਵਿੱਚ ਅੱਧੇ ਬੁਲਾਉਂਦੇ ਆ ਸੋਹਰੇ ਸਾਰੇ ਸਾਰੇ ਵਿੱਚ ਗਰਾਰੀ ਪਾ ਗਰਾਰੀ ਸਾਰੇ ਸਾਰੇ ਇੱਧਰ ਮੂੰਹ ਕਰ ਕਹਿ ਸਾਰੇ ਗਰਾਰੀ ਗਰਾਰੀ ਪਈ ਇਹਨਾਂ ਵਿੱਚ ਸਾਰੇ ਸਾਰੇ ਤੇਰੀ ਭੈਣ ਨੂੰ ਤੇਰੀ ਚਿਉਲੇ ਝੜ ਦੀਏ ਸਾਰੇ ਸਾਰੇ ਮਰੋੜਾ ਤੈਨੂੰ ਮਰੋੜਾ ਜਿਵੇਂ ਤੇਰੇ ਮਾਂ ਪਿਓ ਨੇ ਤੈਨੂੰ ਨੀ ਦਿੱਤਾ ਇੰਜ ਤਾਂ ਇਹਨੂੰ ਮਰੋੜਾ ਦੇ ਮਰੋੜਾ ਮਿਸਤਰੀ ਪਿੱਛੇ ਮਜ਼ਦੂਰ ਥੱਲੋਂ ਇੱਟਾਂ ਨਹੀਂ ਸੁੱਟ ਰਿਹਾ ਹੁੰਦਾ ਨੀਸਾ ਨੀਸਾ ਥੱਲੋਂ ਲਿਆ ਉੱਤੇ ਨੂੰ ਥੱਲੋਂ ਉੱਤੇ ਨੂੰ ਥੱਲੋਂ ਤੇਰੀ ਭੈਣ ਨੂੰ ਅਸੀਂ ਥੱਲੋਂ ਉੱਤੇ ਗਏ ਹੀ ਨਹੀਂ ਅਸੀਂ ਉੱਤੇ ਕਿਵੇਂ ਜਾਵਾਂਗੇ ਤੁਹਾਨੂੰ ਇਹ ਗਾਣਾ ਯਾਦ ਆਉਂਦਾ ਤੁਸੀਂ ਸਾਨੂੰ ਮਿਸਤਰੀਆਂ ਦਾ ਲੋ ਉੱਠੋ ਚੌਲਾ ਜਾਣ ਦਿਓ ਇਹ ਨਾ ਪਹਿਲਾਂ ਗਾਣਾ ਸਿੱਖਣ ਤੋਂ ਪਹਿਲਾਂ ਮੇਰਾ ਪੁੱਤਰ ਸ਼ਗਿਰਦ ਪਵੀ ਦਾ ਉਸਤਾਦ ਦਾ ਇੱਕ ਸੂਟ ਮਠਿਆਈ ਦਾ ਡੱਬਾ ਨਾਲ 1000 ਰੁਪਏ ਦਾ ਨਵਾਂ ਨੋਟ ਅੱਛਾ ਤੇ ਸੂਟ ਪੂਰਾ ਲਿਆਉਣਾ ਪੂਰਾ ਮੇਰੇ ਦੋ ਬਣ ਜਾਣਗੇ ਮਤੇ ਆਪਣੇ ਜਿਹੜਾ ਟੋਟਾ ਚੁੱਕ ਕੇ ਲੈ ਕੇ ਉਸਤਾਦ ਰਾਜ਼ੀ ਕਰਨਾ ਚਲੋ ਜਾਓ ਉਸਤਾਦ ਜੀ ਫੇਰ ਕਿਸੇ ਹੋਰ ਨੂੰ ਸ਼ਗਿਰਦ ਲਓ ਘਰ ਦੇ ਵਿੱਚ ਭੁੱਖ ਨੱਚਣ ਡਈ ਹੈ ਢਿੱਡ ਦੇ ਵਿੱਚ ਭੁੱਖ ਨੱਚਣ ਡਈ ਹੈ ਭੁੱਖ ਸੱਜੇ ਖੱਬੇ ਨੱਚਣ ਡਈ ਹੈ ਤੇ ਉਸਤਾਦ ਕਹਿਣ ਡਿਆ ਰਿਆਜ਼ ਕਰੋ ਰਿਆਜ਼ ਕਰੋ ਰਿਆ ਹੁਣ ਮੈਂ ਕਿੰਨਾ ਕੁ ਰਿਆਜ਼ ਕਰਾਂ ਹਾਲਾਂ ਮੇਰਾ ਆਪਣਾ ਨਾਂ ਰਿਆਜ਼ ਹੈ ਫਿਰ ਕਹੀ ਜਾਂਦਾ ਰਿਆਜ਼ ਕਰੋ ਰਿਆਜ਼ ਕਰੋ ਚਲੋ ਉਸਤਾਦ ਵੀ ਤੇ ਰਾਜ਼ੀ ਕਰਨਾ ਹੀ ਹੈ ਨਾ ਜ਼ਿੰਦਗੀ ਮੇ ਤੋ ਸਭੀ ਪਿਆਰ ਕੀਆ ਕਰਤੇ ਹੈ ਮੈਂ ਤੋ ਮਰ ਕਰ ਵੀ
मेरी जान तुझे चाहूंगा, जिंदगी में तो सभी प्यार किया करते हैं, तू मिला है तो ये एहसास हुआ है मुझको, ये मेरी उम्र मोहब्बत के लिए थोड़ी है, एक जरा सा गम दौरा का भी हक है, जिस पर मैंने वो सांस भी तेरे लिए रख छोड़ी है, प्यार का बन के निगेबान तुझे चाहूंगा मैं, तुम्हारे करीब मेरी जान तुझे चाहूंगा, जिंदगी में तो सभी प्यार। और पीछे है भी उगे दौड़ गए इस गल का पता लगे तो मैंने भी दसी है, तेन लाए मौला जेल दिया ताले नहीं बेटा, मैं कोई भी पेनल्टी देर जमीन दी नहीं। मैं भी यही दुआ करना 24 घंटे, ज्यादा मेरे को अच्छा जो फंक्शन लाने, चार पैसे कट्ठे आ जाए, मैं भी कुछ अच्छा जो डॉक्टर वेख के तेरी वापसी करवा दिया। मैं सुनिया सी के मरासी चंगा खांदे ने, हाय पिंडियां गोश्त अचार गोश्त बोटियां नलियां किथे दे किथे दे, भुख ना मेरे गिरफ हो गए इस तार तो अच्छा गाया, मैं तेरी भैन कर ले तेरे पुत्र तेन बजा ही बगैर तू सारे इना इना तो मैनू भी नहीं आता मार दिया बच्चे बबलू पिछे रोई जा जे तू कहना भी तमीज ने कह ला बबलू डालो 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 गाने बैठे हो रहे नहीं मैनू सुती नहीं जगा के आप सौन लगा है। की फड़ाउन लगा है। तेमू गाना मरो मेरा ऐसा बटन दबा दे मेरी घंटी खड़के ये बटन कितने मार के लगा है। ओके दूध बन जावांगी मलाई बन जावांगी बंदे दी पुत्र नहीं बनांगी। गाने केड़े आ गए नाम मुराद नाम ओ कोई खुआ दे
ਕੁਛ ਖਾਣਾ ਪੁੱਤ? ਹਾਂ ਜੀ। ਗੈਰਤ ਖਾ। ਮੈਂ ਸਵੇਰ ਦਾ ਕੱਖ ਨਹੀਂ ਖਾਂਦਾ ਨਾ ਭਰਾਦਾ। ਉਸਤਾਦ ਜੇ ਮੈਂ ਗੈਰਤ ਖਾਵਾਂ ਨਾ ਜੀ ਬੇਟੇ ਤੇ ਮੈਨੂੰ ਤੂੰ ਦੁਨੀਆ ਦਾ ਨਜ਼ਰ ਨਾ ਆਵੇ। ਨਵੇਂ ਮੌਲਾ ਨਾਮ ਬਰਾਦਾ ਫਿਰੇ ਮੂੰਹ। ਮੈਂ ਉਸਤਾਦ ਦਾ ਬੇਦਮ ਹੋ ਗਿਆ। ਉਸਤਾਦ ਤਾਂ ਕੁੱਤੇ ਦੇ ਪੁੱਤਰਾ ਸਵੇਰ ਦੇ ਭੁੱਖੇ ਬੈਠੇ ਨਾ ਬਰਾਦਾ। ਹਾਂ ਜੀ ਤੇ ਮੈਂ ਬੜਾ ਫਲੀਆਂ ਗੋਸ਼ਤ ਖਾ ਕੇ ਬੈਠਾ। ਮੈਂ ਵੀ ਤਾਂ ਭੁੱਖਾ ਹੀ ਬੈਠਾ। ਤੇਦਰ ਹੋ ਗਏ ਇਸ ਗੱਲ ਨੂੰ ਬੇਟੇ ਜੀ ਕੋਈ ਨਵੀਂ ਗੱਲ ਕਰ। ਤੁਹਾਡੀ ਬੱਚੀ ਦਾ ਵਿਆਹ ਹੈ? ਕਿਉਂ ਜੀ ਬੇਟੇ? ਅਜੇ ਕਿੱਧਰ ਜਾਣ ਡਿਆ ਹੈ? ਕਿਤੇ ਨਹੀਂ ਗਿਆ, ਘਰ ਦੀ ਗੱਲ ਕਰੀ ਆ। ਨਾਰਾ ਨਹੀਂ ਜੀ ਸੋਹਣਿਆ ਹਾਏ ਭੁੱਖ ਨੱਚਦੀ ਆ, ਭੁੱਖ ਨੱਚਦੀ ਆ, ਭੁੱਖ ਨੱਚਦੀ ਆ, ਭੁੱਖ ਨੱਚਦੀ। ਬਸ ਬੇਟੇ ਮਾਨਾ ਗਿਆ ਹੀ ਸਵੇਰ ਦਾ। ਅੱਛਾ ਜੀ। ਅੱਲਾ ਕਰੇ ਖੈਰ ਤੇ ਮਾਨਾ ਜੋ ਰੋਟੀ ਲੈ ਕੇ ਆਵੀ ਆ। ਰੋਟੀ? ਹਾਏ ਤੇ ਮਾਨਾ ਜੀ ਬੇਟੇ ਮਰੋ ਕਦੀ ਉਹ ਆਪ ਨਹੀਂ ਖਾ ਗਿਆ, ਸਾਡੇ ਵਾਸਤੇ ਕਿੱਥੋਂ ਲਿਆਏਗਾ? ਤੈਨੂੰ ਨਵੇਂ ਸ਼ਹਿਰ ਤੋਂ ਸਾਲਿਆ ਕੋ ਮੇਰਾ ਕਬੂਲੀਅਤ ਦਾ ਵੀ ਹੁੰਦਾ ਹੀ ਬੇਟੇ ਮੇਰਾ ਦੇਰ ਬੇਟੇ ਤੇ ਲਿਆ ਗਿਆ ਮੇਰਾ ਦਿਲ ਕਹਿ ਰਿਹਾ। ਅੱਛਾ ਜੀ ਹਾਏ ਗਾਣੀ ਜੇ ਅੱਜ ਰੱਜ ਗਏ ਨਾ ਹਾਏ ਇਨਸ਼ਾਅੱਲਾ ਅਗਲਾ ਹਫਤਾ ਤੇ ਸਾਡਾ ਲੰਘ ਹੀ ਜਾਏਗਾ, ਕਿਉਂਕਿ ਅੱਗੋਂ ਵੀ ਭੁੱਖੀ ਹੈ। ਉਹ ਬਗੈਰਤਾ ਸਾਲਿਓ, ਤੁਹਾਨੂੰ ਚਾਹੀਦੀ ਸੀ ਤਬਦੀਲੀ ਲੈ ਲਓ ਫਿਰ। ਮੇਰਾ ਪੁੱਤਰ ਜੇ ਵਕਤ ਉਹ ਨਹੀਂ ਨਾ ਰਹੇ ਜੀ ਬੇਟੇ ਤੇ ਜਾਂਦੇ ਵੀ ਨਹੀਂ ਹੋ। ਲੰਮੇ ਪਵੋ ਕੀ ਮਤਲਬ? ਇਹ ਕਿਹੜੀ ਡਿਸ਼ ਜਿਹੜੀ ਲੰਮੇ ਪੈ ਕੇ ਖਾਈ? ਜਿਹੜੀ ਸ਼ੈ ਮੈਂ ਲਿਆਇਆ ਨਾ ਡਾਇਰੈਕਟ ਮੇਦੇ ਚ ਵੱਜਦੀ ਹੈ ਜਾ। ਉਸਤਾਦ ਜੀ ਸੋਹਣਾ ਹੋਣਾ ਜੀ ਬੇਟੇ ਮੂੰਹ ਲਵਾ ਦੇ। ਪੁੱਤਰ ਤੇ ਦੋਨੇ ਹਰ ਬੰਦਾ ਤੇਰੀ ਜੇਬ ਚ ਪੈਸੇ ਪਾਏ, ਆਹੋ ਬਾਵਾਂ ਲਵਾ ਦੇ। ਉਸਤਾਦ ਜੀ ਤੁਸੀਂ ਚਾਹੁੰਦੇ ਹੋ ਨਾ ਤੁਹਾਨੂੰ ਬਿਜਲੀ ਦਾ ਬਿੱਲ ਨਾ ਪਾਣੀ ਨਾ ਗੈਸ ਕੋਈ ਟੈਨਸ਼ਨ ਨਾ ਹੋਵੇ? ਮੇਰਾ ਦਾਈ ਤੇ ਬਚੋਣਾ ਫੌਤ ਹੋਈ ਹੋ ਤੇ ਤੁਸੀਂ ਦੋਵੇਂ ਚਾਹੁੰਦੇ ਹੋ ਤੁਹਾਡਾ ਟਗਾ ਵੀ ਨਾ ਲੱਗੇ ਤੇ ਭੈਣਾਂ ਵੀ ਆਈਆਂ ਜਾਣ, ਆਹੋ ਨਸਾ ਦਿਓ। ਤੁਸੀਂ ਚਾਹੁੰਦੇ ਹੋ ਕਿ ਤੁਸੀਂ ਲੰਮੇ ਹੋਵੋ? ਹਾਂ। ਪਿਸ਼ੌਰ ਦੀ ਬੱਸ ਚ ਕਿਸੇ ਦੀ ਝੋਲੀ ਚ ਪਵੋ, ਹਾਏ ਕੀ ਜੰਪ ਲੱਗਣਾ ਤਾਂ ਨੂੰ ਆਏ ਹਾਏ ਮੇਰੀ ਨਾ ਛਿੱਲੋ ਡਾਇਰੈਕਟਰ ਦੀ ਛਿੱਲੋ ਜਿਹਨੇ ਏਡੀ ਸਖਤ ਜੁੱਤੀ ਪਾਈ ਹੈ ਡਾਇਰੈਕਟਰ ਸਾਹਿਬ, ਆ ਕੀ ਭੈਣ ਪੇਸ਼ ਕੀਤੀ ਜੀ ਉਹ ਮੇਰੇ ਨਾਲ ਲੜਨ ਡਿਆ ਨੇ, ਇਹਨੂੰ ਅੰਦਰ ਬੁਲਾ ਲਈ ਮੈਂ ਭੈਣ ਕੱਢਾਂ ਦੇਰ ਨਾ ਵੱਜੀ ਨਾ। ਕੁੱਤੇ ਦਾ ਪੁੱਤਰਾ ਚਲੋ ਮੇਰੀ ਤਾਂ ਖੈਰ ਆ, ਤੂੰ ਨੀਵੀਂ ਜਗ੍ਹਾ ਵੀ ਨੀ ਛੱਡੀ। ਉਸਤਾਦ ਜੀ ਮੈਂ ਭਲਾ ਤੁਹਾਡੀ ਇੱਜ਼ਤ ਕਿਉਂ ਕਰ? ਕਿਉਂ ਬੈਠੇ ਕਿ ਤੁਹਾਨੂੰ ਕੱਖ ਨੀ ਆਉਂਦਾ? ਕੁੱਤੇ ਦੇ ਪੁੱਤਰ ਅੱਜ ਉਸਤਾਦ ਦੀ ਬਿਸਤੀ ਕਰਦੇ ਹੋ ਬਗੈਰ ਤੋਂ, ਅੱਜ ਉਸਤਾਦ ਨਾਲ ਬੇਦ ਵੀ ਕਰਦੇ ਹੋ? ਮੈਂ ਸਾਰੀ ਜ਼ਿੰਦਗੀ ਆਪਣੀ ਸਿਹਤ ਨੀ ਵੇਖੀ, ਸਾਲਿਓ ਤੁਹਾਡੇ ਮੂੰਹ ਚ ਪਾਉਂਦਾ ਰਿਹਾ। ਉਹ ਕਿਸੇ ਕੁੱਤੇ ਦੇ ਆ ਪੁੱਤਰਾ, ਚਲੋ ਕੋਈ ਸ਼ੈ ਚੱਜਦੀ ਹੋਵੇ ਬੰਦਾ ਮੂੰਹ ਚ ਪਾ ਲੈ। ਤੁਸੀਂ ਪਾਉਂਦੇ ਰਹੇ ਹੋ ਇਹ ਥੁੱਕਦੇ ਤੇ ਹੋਵਾਂਗੇ, ਨਹੀਂ ਤੂੰ ਦੋ ਤਿੰਨ ਵਾਰੀ ਨਾ ਕਰਨਾ ਹੋਣਾ ਸਰ ਫਿਰ ਮੰਨ ਜਾਂਦਾ ਸਭ ਸਾਲਿਆ। ਉਦੋਂ ਤਾਂ ਕਹਿੰਦਾ ਸਰ ਚਾਕਲੇਟ ਦਾ ਇੱਕ ਆਏ। ਸਾਰੇ ਕੰਮ ਆਪਾਂ ਨਹੀਂ ਬੇਟਾ ਟਾਈਮ ਹੈ ਨੀ ਅੱਜ ਸਾਰੇ ਕੰਮ ਆਪਾਂ ਸਾਰਾ
ਸਾਰਾ ਕੰਮ ਆਪਾਂ ਮੈਂ ਪਹਿਲੇ ਨਹੀਂ ਤਿਆਰ ਹੁੰਦੇ ਤੂੰ ਕਹਿੰਦਾ ਸਾਰਾ ਕੰਮ ਆਪਾਂ ਸਾਰੇ ਕੰਮ ਆਪਾਂ ਸਾਡੇ ਕੋਲ ਜਿੰਨਾ ਕੁ ਹੈ ਨਾ ਉਹਨਾਂ ਕੀ ਲੈਣਾ ਉਹਨਾਂ ਕੁ ਪਾਉਣਾ ਤੁਸੀਂ ਸਾਰਾ ਸੁਰਾ ਸਾਡੇ ਕੋਲ ਕੁੱਲ ਜੇ ਹੈ ਤੈਨੂੰ ਪਤਾ ਨੀ ਲੱਗਣਾ ਮੈਂ ਆਪਣੇ ਪਿਓ ਨੂੰ ਤੁਹਾਡੇ ਘਰ ਘੱਲਾਂਗਾ ਉਹ ਕਰਕੇ ਦੱਸੇਗਾ ਐ ਹੀ ਚਲੋ ਪੁੱਤਰ ਸਬਕ ਸੁਣਾ ਛਾਵੇਂ ਮਿੰਟ ਲਾ ਵੇ ਮੈਂ ਮੱਛੀ ਖਾ ਲਈ ਤੂੰ ਤਾਂ ਪਾਣੀ ਪੀ ਲਾ ਖੁਸ਼ ਰਹੇਗੀ ਜਾਨ ਆਪਣੀ ਫਸਾ ਲਈ ਤੇਰੇ ਆ ਪੁੱਤਰਾ ਸਦੇ ਆ ਪੁੱਤਰਾ ਮੇਰੇ ਹੱਥ ਖਾਤੀ ਆ ਖਾ ਲਿਆ ਮੱਛੀ ਖਾ ਕੇ ਤੇ ਕੱਛੂ ਕੁਮਾ ਫੜੀ ਜਾਂਦੇ ਆ ਭਾਈ ਜੀ ਮੱਛੀ ਆ ਗਈ ਮੱਛੀ ਅੱਜ ਆਈ ਮਗਾ ਭਾਈ ਜੀ ਵਾਲੇਕਮ ਸਲਾਮ ਵਾਲੇਕਮ ਸਲਾਮ ਅੰਮੀ ਨੇ ਖੀਰ ਪਕਾਈ ਸੀ ਤੇ ਕਹਿੰਦੀ ਸੀ ਖਾਨ ਸਾਹਿਬ ਨੂੰ ਦੇਖ ਆਓ ਤੇਰੀ ਅੰਮੀ ਨੇ ਮੇਰੀ ਭੱਲੀ ਏ ਹਾਂ ਜੀ ਤੇ ਕਿਹੜਾ ਕੰਮ ਲੈਣਾ ਚਾਹੁੰਦੀ ਮੇਰੇ ਕੋ ਤੇਰੀ ਅੰਮੀ ਨੇ ਇਹਦੇ ਵਾਸਤੇ ਖੀਰ ਕੱਲੀ ਏ ਜੀ ਬੇਟੇ ਤੇ ਤੇਰੀ ਅੰਮੀ ਨੂੰ ਬਾਹਰ ਲੈ ਪਸੰਦ ਨੇ ਕੁੱਤੇ ਨੇ ਉਤਾਰਿਆ ਉਹਦੀ ਅੰਮੀ ਨੇ ਕਿਹਾ ਕਿ ਖਾਨ ਸਾਹਿਬ ਨੂੰ ਖੀਰ ਦੇ ਕੇ ਆ ਅੱਛਾ ਤੇ ਤੂੰ ਸਾਹਿਬਾਂ ਚਾਹੁੰਦਾ ਬੇਟੇ ਖਾਨ ਸਾਹਿਬਾਂ ਨੂੰ ਨਹੀਂ ਖਾਨ ਸਾਹਿਬ ਨੂੰ ਤੁਸੀਂ ਖਾਨ ਸਾਹਿਬ ਹਾਂਜੀ ਹੋਰ ਤੇਰੀ ਭੈਣ ਦੀ ਜੋ ਮੰਗਾਂ ਦਾ ਤਰਜਮਾਨ ਆ ਮੈਡਮ ਥੋੜੀ ਜਿਹੀ ਖੀਰ ਥੱਲੇ ਕਰ ਲਓ ਬਹੁਤੇ ਦੁੱਧ ਵਾਲੀ ਨਾ ਹੋਈ ਦੁੱਧ ਖੀਰ ਚ ਹੋਵੇ ਤੇ ਦਿਮਾਗ ਨੂੰ ਪੈਂਦੀ ਹੈ ਖੀਰ ਵੀ ਕਿਹਾ ਕੁੱਤੇ ਦੇ ਪੁੱਤਰਾ ਸਾਰਿਆਂ ਮੰਨ ਕੇ ਪਰਚਾ ਕਰਾਉਣਾ ਤੁਸੀਂ ਇਧਰੋਂ ਲਵੋ ਤੇ ਮੈਂ ਉਧਰੋਂ ਲੈ ਕੇ ਆਇਆ ਜੀ ਜਿਹੜੀ ਨੀਵੀ ਦੀ ਭੈਣ ਪੇਸ਼ ਕਰਦੇ ਹੋ ਨਾ ਖੀਰ ਮੇਰੇ ਲਈ ਆਈ ਬੇਟੇ ਉਸਤਾਦ ਤੈਨੂੰ ਖੀਰ ਖਾਣ ਲੱਗਾ ਜੀ ਬੇਟੇ ਤੈਨੂੰ ਪਚੜੀ ਨਹੀਂ ਨਹੀਂ ਪੁੱਤਰ ਮੈਨੂੰ ਪਚ ਜਾਣੀ ਹੈ ਉਹ ਕੁੱਤੇ ਨੂੰ ਨਹੀਂ ਪਾਈ ਅੱਛਾ ਤੁਸੀਂ ਦੋਵੇਂ ਰਹਿਣ ਦਿਓ ਮੈਂ ਖਾ ਲੈਣਾ ਇੱਕ ਪਿਸਤਾ ਤੇ ਇੱਕ ਅਲ ਸੈਕਸ਼ਨ ਹੈ ਉਸਤਾਦ ਹੈ ਗੱਲ ਕਰਨ ਵਾਲੀ ਲਿਆਓ ਜੀ ਪੰਜਾਬ ਬੰਦੇ ਦਾ ਪੁੱਤਰ ਬਣ ਬਗੈਰ ਤਾਂ ਮੇਰੀ ਲੱਗ ਆਈ ਹੈ ਨਾ ਬਰਾਤਾ ਲੈ ਤੂੰ ਲਿਲਾ ਤੂੰ ਖਾ ਲੈ ਹੈ ਗੱਲ ਕਰ ਇਹਦਾ ਹੱਕ ਜੇ ਵਿੱਚ ਉਂਗਲ ਲਾਈ ਮੈਂ ਤੇਰੀ ਭੈਣ ਕਰ ਲੈਣੀ ਹੈ ਮੈਨੂੰ ਦੱਸ ਕਰ ਉਸਤਾਦ ਨੂੰ ਗੱਲਾਂ ਕੁੱਤੇ ਦੇ ਪੁੱਤਰਾ ਤੈਨੂੰ ਵੱਡੀ ਬਤਕ ਪੈ ਜਾਏ ਤੇਰੀ ਭੈਣ ਨਿਕਲ ਜਾਂਦੀ ਸਾਲੇ ਚਲੋ ਖਾਨ ਸਾਹਿਬ ਤੁਸੀਂ ਖੀਰ ਖਾ ਤੇ ਮੈਂ ਆ ਕੇ ਬਰਤਨ ਲੈ ਕੇ ਅੱਛਾ ਤੇਰੀ ਮਾਂ ਨੇ ਖੁੱਲੀ ਪਕਾਈ ਖੀਰ ਹੈ ਬੜਾ ਵੀ ਨਾ ਬੁਰਾ ਅੱਛਾ ਉਸਤਾਦ ਰਾ ਮੂੰਹ ਕੋਲ ਨਾ ਪਰਾ ਰੱਖ ਕਿਉਂ ਬੇਟੇ ਕਿਉਂਕਿ ਹੁਣ ਤੇ ਉਂਗਲ ਲਾਲਾਂਗੇ ਬਾਅਦ ਚੋਏ ਵੀ ਰਿਉ ਲੱਗਣੀ ਸਾਰੀ ਜ਼ਿੰਦਗੀ ਬਚਪਨ ਚ ਲੰਘ ਜਾਣੀ ਹੈ ਇਹ ਖੀਰ ਵਿੱਚ ਇਹ ਉਸਤਾਦ ਉਸਤਾਦ ਜੀ ਗੱਲ ਸੁਣੋ ਨਾ ਬੇਟਾ ਬਾਤ ਗੱਲ ਸੁਣੋ ਦੇਖ ਲਓ ਮੇਰੇ ਬੱਚੇ ਹੋ ਤੁਸੀਂ ਮੇਰੀ ਸੁਣੋ ਨਾ ਜੀ ਬੇਟੇ ਖੀਰ ਅੱਗੇ ਵੇ ਥੋੜੀ ਜਿਹੀ ਹਾਂਜੀ ਬੇਟੇ ਇੱਕ ਫੈਸਲਾ ਮੈਂ ਕਰਨਾ ਕਿਹੜਾ ਖਾਓਗੇ ਤੁਸੀਂ ਖੀਰ ਫੈਸਲੇ ਚ ਨਹੀਂ ਹੈ ਕੁੱਤੇ ਦਾ ਪੁੱਤਰ ਪੰਚਾਇਤ ਚ ਲਿਆਓ ਤੇ ਸਹੀ ਦਸਾਂ ਨਹੀਂ ਮੰਗਾਈ ਸਾਲਿਆ ਯਾਰ ਪੰਚਾਇਤ ਚ ਲਿਆਓ ਯਾਰ ਇਹ ਦੇਖਣਾ ਇਹ ਖੀਰ ਪਈ ਹੈ ਜੀ ਬੇਟੇ ਕਿੰਨੇ ਖਾਣ ਵਾਲੇ ਆ ਢਾਈ ਇੱਕ ਦੋ ਤੇ ਸਵਾ ਦੋ ਬਦਾਮ ਵੀ ਪਾਏ ਨੇ ਪਾਏ ਨੇ ਤੇ ਗੱਸ ਨੂੰ ਨਾ ਤੇਰੀ ਭੈਣ ਨੂੰ ਸਾਲਿਆ ਖੀਰ ਸਿਰਫ ਇੱਕ ਬੰਦੇ ਵਾਸਤੇ ਹੈ ਹਾਂ ਉਹ ਇਨਸ਼ਾਅੱਲਾ ਮੈਂ ਹੀ ਨਿਭ ਲਿਆਉ ਤੁਸੀਂ ਇਹਨੇ ਕਰੋ ਨਾ ਇੱਥੇ ਅੱਜ ਸੌਂਦੇ ਆ ਕਿੱਥੇ ਇੱਥੇ ਅੱਛਾ ਤੇ ਸਵੇਰੇ ਜਿਹੜਾ ਬੰਦਾ ਉੱਠੇਗਾ ਜਿਹੜਾ ਬੰਦਾ ਚੰਗੀ ਖਾਬ ਸੁਣਾਏਗਾ ਖੀਰ ਉਹ ਹੀ ਖਾਏਗਾ ਇੰਨੀ ਕੁ ਖੀਰ ਲਈ ਇੰਨੀ ਮਿਹਨਤ ਮੇਰੇ ਕੋਲ ਨਹੀਂ ਹੁੰਦੀ ਪੁੱਤ ਮੈਨੂੰ ਭੁੱਖ ਲੱਗੀ ਹੈ ਮੈਨੂੰ ਭਾਵੇਂ ਦੋ ਦਿਨ ਸਵਾਲ ਹੈ ਖੀਰ ਮੈਨੂੰ ਖਵਾਣੀ ਯਾਰ ਦੇਖੋ ਨਾ ਮੈਂ ਆਪ ਵੀ ਖਾ ਸਕਣਾ ਲੇਕਿਨ ਨਹੀਂ ਨਹੀਂ ਤੂੰ ਕਿਉਂ ਮਾਮਾ ਬਣਿਆ ਤੂੰ ਖਾ ਸਕਣਾ ਤੂੰ ਵੀ ਖਾ ਦੇ ਹੋਰ ਪੀ ਦੇ ਆ ਬੱਚੇ ਹੈ ਜਿਵੇਂ ਉਹਦੀ ਅੰਮੀ ਤੇਰੇ ਨਾਲ ਸੈੱਟ ਤੇ ਖਾ ਸਕਦਾ ਕੋਈ ਵੀ ਬੇਟੇ ਲੇਕਿਨ ਨਹੀਂ ਐ ਮੂੰਹ ਖੀਰ ਵਾਲਾ
ਇਹ ਤੂੰ ਵੀ ਖੀਰ ਖਾ ਸਕਦਾ ਚਲੋ ਲੇਕਿਨ ਜਿਹੜਾ ਬੰਦਾ ਚੰਗੀ ਖਾਣ ਸੁਣਾਏਗਾ ਖੀਰ ਉਹ ਹੀ ਖਾਏਗਾ ਕਿਉਂਕਿ ਇੱਕ ਬੰਦੇ ਵਾਸਤੇ ਵੀ ਠੀਕ ਹੈ ਇਹ ਸ਼ਰਤਾਂ ਬਣੀਆਂ ਨੇ ਉਹ ਭਾਈ ਬੜਾ ਨਾਮ ਬੜਾ ਸੋਹਣਾ ਜੀ ਹਾਂ ਆ ਜਾਓ ਭਾਈ ਜੀ ਫਿਰ ਅੱਲਾ ਖੈਰ ਆ ਜਾ ਪੁੱਤ ਓਏ ਇੱਧਰ ਤੂੰ ਪੈ ਜਾ ਮੈਂ ਨਹੀਂ ਪੈਣਾ ਐਵੇਂ ਰਾਤ ਨੂੰ ਡਰਾਉਣੇ ਖਾਬ ਹੁੰਦੇ ਨੇ ਉਹ ਕੁੱਤੇ ਦੇ ਪੁੱਤਰੋ ਲੰਮੇ ਪਾਓ ਕਿਤੇ ਪਏਗਾ ਸਾਜ ਜੀ ਤੁਹਾਡੇ ਮੂੰਹ ਨਾਲੋਂ ਨਾ ਜੀ ਬੇਟੇ ਤੁਹਾਡਾ ਮੂੰਹ ਸੋਹਣਾ ਜੀ ਹੁਣ ਤੇਰੇ ਮੂੰਹ 'ਚ ਪਾਣੀ ਆ ਰਿਹਾ ਹੋਣਾ ਬਗੈਰ ਚਲੋ ਲੰਮੇ ਪਾਓ ਯਾਰ ਆ ਜਾ ਯਾਰ ਰੋ ਪੈ ਵਿੱਚ ਚਲੋ ਜੀ ਤੇ ਬਾਬਾ ਕਹਿੰਦਾ ਪੈਸਾ ਕੀ ਕੁਛ ਕਰਾਂਦਾ ਰੂੜੀ 'ਚ ਲੇਟ ਰਿਹਾ ਯਾਰ ਪੈ ਚੁੱਕ ਕਰਕੇ ਤੇ ਮੈਂ ਕਿੱਥੇ ਪੈਣਾ ਹੈ ਇੱਥੇ ਪੈ ਜਾ ਮੇਰਾ ਗੋਨ ਤਕੀਆ ਕਿਹੜਾ ਹੈ ਇਹ ਮੇਰਾ ਸਰਾਣਾ ਹੈ ਤੇ ਇਹਨੂੰ ਹੱਥ ਕਿਉਂ ਲਾ ਰਹੇ ਇਹਦੇ ਤੇ ਸੌਣਾ ਹੈ ਹੱਥ ਲਾਣਾ ਮਣਾ ਅੱਛਾ ਚਲੋ ਰਾਤ ਹੋ ਗਈ ਹੈ ਤੇ ਇਸ ਸਰਾਣਾ ਮੇਰਾ ਹੀ ਹੈ ਆਹੋ ਤੇ ਇਹਦੇ ਵਿੱਚ ਰੂਹ ਕਿਹੜਾ ਕੱਢ ਕੇ ਲੈ ਗਿਆ ਜੀ ਇਧਰੋਂ ਤੇ ਰੂਹ ਨਿਕਲਿਆ ਨਾ ਇਧਰੋਂ ਕੋਈ ਧੂੰ ਕੱਢ ਕੇ ਲੈ ਗਏ ਚੱਲ ਯਾਰ ਸੌਣ ਵਾਲੀ ਗੱਲ ਕਰੋ ਹੈ ਗੱਲ ਕਰਨ ਵਾਲੀ ਅੱਛਾ ਸਰਾਣੇ ਚ ਆਵਾਜ਼ ਆਈ ਨਾ ਤੇ ਹਿੱਲੀ ਹੁੱਲੀ ਨਾ ਤੇ ਤੂੰ ਮੋਬਾਈਲ ਸਰਾਣੇ ਚ ਵਾੜੇ ਹੈ ਨਹੀਂ ਸਰਾਣੇ ਨੇ ਮੂਲੀਆਂ ਖਾਧੀਆਂ ਨੇ ਅੱਛਾ ਚਲੋ ਜੀ ਕੋਈ ਉਹਦੇ ਕੋਲ ਸੌਣਾ ਉਹਨੂੰ ਠੰਡ ਲੱਗਦੀ ਹੈ ਡਿਊਟੀ ਚ ਪਏ ਨੇ ਤੁਹਾਡੇ ਵਾਲਦ ਸਾਹਿਬ ਦੱਸੋ ਯਾਰ ਯਾਰ ਇੱਕ ਤਾਂ ਤੈਨੂੰ ਬੜੀ ਭੈੜੀ ਆਦਤ ਨੀਂਦਰ ਚਗਾ ਹੀ ਨਿਕਲ ਜਾਂਦਾ ਯਾਰ ਹੈ ਗੱਲ ਕਰਨਾ ਹੀ ਮੇਰੇ ਸਰਾਣੇ ਦੀ ਤੇ ਭੈਣ ਨਿਕਲੀ ਪਈ ਹੈ ਮੈਂ ਕੀ ਕਰਾਂ ਸਰਾਣੇ ਨਾਲ ਪਹੁੰਚ ਸਕਣਾ ਨਾ ਓਏ ਉੱਠੋ ਦਿਨ ਚੜ ਗਿਆ ਜੀ ਚੜ ਗਿਆ ਉੱਠੋ ਯਾ ਅੱਲਾ ਤੇਰਾ ਸ਼ੁਕਰ ਹੈ ਸੁਣ ਕੇ ਉੱਠ ਗਏ ਅੱਜ ਫੇਰ ਤੁਸੀਂ ਇਹ ਵੇਖੋ ਸਰਦੀਆਂ 'ਚ ਵੀ ਰਾਤਾਂ ਕਿੰਨੀਆਂ ਛੋਟੀਆਂ ਰਹੇ ਲਿਆ ਖੀਰ ਖਾਈਏ ਲਿਆ ਪੁੱਤਰੇ ਖੀਰ ਮੈਂ ਖਾਬ ਚ ਨਾ ਸਾਰੀ ਰਾਤ ਗਟਰ ਤੇ ਹੀ ਸੁੱਤਾ ਰਿਹਾ ਓ ਯਾਰ ਤੇਰਾ ਖਾਬ ਬੜਾ ਮਜ਼ੇਦਾਰ ਹੈ ਯਾਰ ਗੱਟਾ ਮਜ਼ੇਦਾਰ ਹੈ ਮੇਰੇ ਮੂੰਹ ਤੇ ਛਾਪਰ ਵੱਜਦੇ ਨੇ ਮੈਨੂੰ ਲੱਗਦਾ ਖੀਰ ਤੂੰ ਹੀ ਖਾਏਗਾ ਇਹ ਤੇ ਮੈਂ ਇਕੱਠੇ ਸੁੱਤੇ ਖਾਬ ਚ ਮੈਂ ਕਿਹਾ ਪਾਸਾ ਲੈ ਇਹਨੇ ਲੈ ਲਿਆ ਮੈਂ ਕਿਹਾ ਸਾਹ ਲੈ ਕਹਿੰਦਾ ਨਹੀਂ ਆਉਂਦਾ ਮੈਂ ਕਿਹਾ ਫਿਰ ਆਹ ਲੈ ਹਾਸੇ ਚ ਨਾ ਪਾ ਖਾਬ ਸੁਣਾ ਯਾਰ ਮੈਨੂੰ ਤੇ ਇਸ ਤੋਂ ਅੱਛੀ ਖਾਬ ਆਉਣੀ ਆ ਹੀ ਨਹੀਂ ਸਕਦੀ ਯਾਰ ਜਿਹੋ ਜਿਹੀ ਤੁਹਾਨੂੰ ਆ ਗਈ ਤੈਨੂੰ ਕੀ ਹੋਇਆ ਮੈਨੂੰ ਖਾਬ ਨਹੀਂ ਆਈ ਮੇਰੇ ਨਾਲ ਤਾਂ ਰਾਤੀ ਬੁਕੂਆ ਹੋਇਆ ਜੀ ਕਿੰਨੇ ਬੰਦੇ ਸੀ ਨੇ ਕੀ ਹੋਇਆ ਕੀ ਨਹੀਂ ਉਸਤਾਦ ਉੱਥੇ ਸੁੱਤਾ ਆਹੋ ਉਹ ਉੱਥੇ ਸੁੱਤਾ ਹੈ ਤੇ ਮੈਂ ਇੱਥੇ ਸੁੱਤਾ ਸਾਂ
ਤੇ ਮੈਂ ਸੁੱਤਾ ਪਿਆ ਸਾਂ ਤੇ ਹਲੇ 10 ਕੁ ਮਿੰਟ ਹੀ ਹੋਏ ਨੇ ਅੱਖ ਲੱਗੀ ਏ ਅੱਛਾ ਤੇ ਕੀ ਨੂਰਾਨੀ ਚਿਹਰਾ ਸੁਭਾਨ ਅੱਲਾ ਮੈਂ ਕਹਿੰਦਾ ਚਿੱਟੇ ਵਾਲ ਕੀ ਦੀਦਾਰ ਹੋਏ ਸਿਰ ਤੇ ਟੋਪੀ ਪਾਈ ਚਿੱਟਾ ਸੂਟ ਪਾਇਆ ਮਾਸ਼ਾਅੱਲਾ ਸੁਭਾਨ ਅੱਲਾ ਕੀ ਕਹਿਣੀ ਅੱਛਾ ਜੀ ਭਾਈ ਆਉਂਦੇ ਆ ਬਜ਼ੁਰਗਾਂ ਨੇ ਮੇਰੇ ਮੋਢੇ ਤੋਂ ਹਲਾਇਆ ਅੱਛਾ ਮੈਨੂੰ ਕਹਿੰਦੇ ਨੇ ਉੱਠ ਮੈਂ ਕਿਹਾ ਜੀ ਬਿਸਮਿਲ੍ਲਾ ਜੀ ਬਾਬਾ ਜੀ ਹਾਏ ਹਾਏ ਕਹਿੰਦੇ ਨੇ ਤੇਰੇ ਘਰ ਖੀਰ ਆਈ ਤੂੰ ਖਾਣ ਨਹੀਂ ਡਿਆ ਤੂੰ ਤੇ ਨਹੀਂ ਹੱਥ ਲਾਇਆ ਹੋਣਾ ਜਲਾਲ ਚੜੇ ਬਾਬਾ ਜੀ ਸਾਰੀ ਰਾਤ ਤੇਰੇ ਦੁਆਲੇ ਇੰਨੀ ਖੀਰ ਨਹੀਂ ਸੀ ਜਿੰਨੀ ਗੱਲ ਬਾਹਰ ਨਿਕਲ ਗਈ ਬਾਬਾ ਜੀ ਨੀਂਦਰ ਚ ਸਾ ਨਾ ਉਹ ਜਦੋਂ ਖਰਾਟੇ ਆਏ ਨੇ ਤੇ ਫਿਰ ਖਰਾਟਿਆਂ ਦੇ ਜ਼ਰੀਏ ਖੀਰ ਅੰਦਰ ਗਈ ਖਾ ਗਿਆ ਇੰਨਾ ਹੀ ਦਿਲ ਕਰਦਾ ਤੇ ਘਰ ਚਲਾ ਜਾ ਟੂ ਜੀਬੀ ਦੀਆਂ ਕੁੱਤਿਆਂ ਬਾਬਾ ਜੀ ਆਪ ਕਿਉਂ ਨੀ ਖਾਧੀ ਤੈਨੂੰ ਕਿਉਂ ਕਹਿ ਕੇ ਗਏ ਬਾਬਾ ਜੀ ਉਹ ਚਿੱਟਾ ਸੂਟ ਛੱਡ ਦੇ ਨੂਰਾਨੀ ਚਿਹਰਾ ਜੋ ਮਰਦੀ ਸਾਨੂੰ ਵੀ ਕਹਿ ਸਕਦੇ ਜੀ ਸਾਲੇ ਆ ਉਹ ਆ ਤਾਂ ਸਕਦੇ ਨਾ ਲੇਕਿਨ ਤੁਸੀਂ ਇਸ ਮਜ਼ਹਬ ਦੇ ਨਹੀਂ ਹੋਣਾ ਤੇ ਬਾਬਾ ਜੀ ਤੈਨੂੰ ਤਰਾ ਦੇਣਾ ਸੀ ਬਾਬਾ ਜੀ ਆਏ ਤੂੰ ਚੱਟੀ ਜਾ ਬੋਤੋ ਮੇਰੇ ਨੇਫੇ ਚ ਵੜ ਗਿਆ ਕੰਜਰਾ ਇਹ ਬਗੈਰਤ ਖੀਰ ਖਾ ਗਿਆ ਸਾਰੀ ਅੰਨੀ ਦਾ ਚੰਗਾ ਹੋਇਆ ਕਿਉਂ ਅੰਮੀ ਕਹਿੰਦੀ ਸੀ ਦੁੱਧ ਜਿੰਨਾ ਕੁੱਤਾ ਮੂੰਹ ਮਾਰ ਗਿਆ ਮੈਂ ਚੱਟੀ ਸੀ ਇੰਨਾ ਬੜਾ ਉਸਤਾਦ ਜੀ ਬੇਟੇ ਉਹ ਮੇਰਾ ਗੱਡੀ ਪਿੱਛੇ ਦੌੜਨ ਨੂੰ ਦਿਲ ਕਰਨ ਡਿਆ ਈ ਓਏ ਮੰਨੀ ਨਾ ਇਹਨੇ ਤੈਨੂੰ ਨਾਲ ਹੀ ਵਾਜੇ ਦੇ ਪਿੱਛੇ ਤੇਰਾ ਦਿਲ ਕਰ ਰਿਹਾ ਕੁੱਤੇ ਦੇ ਮੂੰਹ ਵਾਲੀ ਖੀਰ ਖਵਾਈ ਮੈਨੂੰ ਸਹੀ ਸੀ ਸਹੀ ਸੀ ਓ
ਮੈਂ ਤਾਂ ਵੈਸੇ ਹੀ ਲੱਗਾ ਹੋਇਆ ਸਾ, ਉਹ ਤਬੀਅਤ ਥੋੜੀ ਜਿਹੀ ਕੁੱਤੀ ਹੋ ਗਈ ਸੀ ਨਾ। ਮੈਂ ਆਣੀ ਉਹ ਬਾਕੀ ਕੁੱਤੇ ਵਾਲੀ ਸੀ। ਅੱਛਾ ਖੀਰ ਕਿਹਦੇ ਵਾਸਤੇ ਆਈ ਸਾ? ਮੇਰੇ ਵਾਸਤੇ। ਯਾਨੀ ਤੂੰ ਮੇਰੇ ਨਾਲ ਪਿਆਰ ਕਰਨੀ ਆ, ਇਸ ਗੱਲ ਦਾ ਇਕਰਾਰ ਕਰਨੀ ਆ, ਤੂੰ ਮੇਰੇ ਨਾਲ ਵਿਆਹ ਕਰੇਗੀ, ਨੱਚੇਗੀ। ਉਹ ਨੱਚੇਗੀ ਵੀ ਤੇਰੀ ਭੈਣ, ਵਿਆਹ ਕਰਕੇ ਵੀ ਨੱਚੇਗੀ। ਮੈਂ ਛੜਾ ਦੇਗਾ ਤੇਰਾ ਨੱਚਣਾ ਨੁਚਣਾ। ਅਰੇ ਬੇਟਾ ਗਾਣੇ ਦੀ ਸਮੈਲ ਆ ਰਹੀ, ਨੱਚ ਗਈ ਕੁੜੀ ਆ ਜਾ। ਹਾਏ ਹਾਏ ਹਾਏ, ਵਾਹ ਮੋੜ, ਕੀ ਮੁਸੀਕੀ ਦਾ ਵਕਤ ਆ ਗਿਆ ਹੈ। ਉਸਤਾਦ ਜੀ। ਜੀ ਬੇਟੇ। ਤੁਸੀਂ ਚਾਹੁੰਦੇ ਹੋ ਕਿ ਭੁੱਖ ਖਤਮ ਹੋ ਜਾਵੇ? ਪੁੱਤਰ ਮੈਂ ਇੱਥੇ ਚਾਹ ਰਿਹਾ ਇਕੱਠਾ ਹੋ ਤੇ ਅਸੀਂ, ਸਾਡੇ ਕੋਲ ਦੋ ਕਮਰੇ ਨੇ, ਅਸੀਂ ਇੱਕ ਕਮਰੇ 'ਚ ਗੁਜ਼ਾਰਾ ਨਹੀਂ ਕਰ ਸਕਦੇ? ਮੇਰੇ ਵੀ ਇੱਕ ਜੀ ਆ। ਦੂਸਰਾ ਕਮਰਾ ਚੜਾ ਲਾ ਦੁਨੀਆ ਸਟੇਟ ਡੀਸੀ ਕਲੋਨੀ। ਜਿੱਡਾ ਕੰਮ ਓਦਾਂ ਹੀ ਮੂੰਹ ਵੀ ਇਨਸ਼ਾਅੱਲਾ ਅੱਲਾਹ ਖੈਰ ਕਰੇਗਾ। ਕੋਈ ਗੱਲ ਨੀ ਪੁੱਤਰ, ਬਸ ਦੁਆ ਕਰੋ ਵੀ ਬਾਜਵਾ ਸਾਹਿਬ ਟਾਈਮ ਨਾਲ ਆ ਜਾਣਾ। ਜ਼ਮੀਨ ਦੇ ਵਿੱਚ ਪੈਸਾ, ਜ਼ਮੀਨ ਦੇ ਵਿੱਚ ਜਿਹੜਾ ਗਵਾਦਰ ਦੇ ਵਿੱਚ ਕੰਮ ਹੋ ਰਿਹਾ ਨਾ, ਤੁਸੀਂ ਰੁਪਈਆ ਸੁੱਟੋ ਤੇ ਰੁਪਈਆ ਹੀ ਰੁਪਈਆ ਜਨਾਬ। ਇਹਦੇ ਸਿਰ ਉਹ ਸੇਬ ਖਾਣ ਡਿਆ ਜੀ, ਫੜੋ। ਦੁਬਈ ਦੇ ਵਿੱਚ ਜਾਓਗੇ ਨਾ ਜੀ, ਦੁਬਈ ਦੇ ਵਿੱਚ ਵੀ ਕਾਰੋਬਾਰ। ਪਤਾ ਕੀ ਬਾਜਵਾ ਸਾਹਿਬ, ਇਹਨੂੰ ਖਤਮ ਕਰ, ਮੌਤ ਵਹਾਓ। ਤੁਸੀਂ ਦੰਦੀ ਇਹਨੂੰ ਵੱਢਦੇ ਹੋ, ਸਾਡੇ ਦੰਦੀ ਸੁਰੀਆਂ ਛੱਡਦੀਆਂ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਇਹਦੀ ਛਿੱਲੜ ਵੀ ਮਿੱਠੀ ਹੁੰਦੀ, ਇਹ ਗੱਲਾਂ ਹੀ ਬਣ ਗਿਆ। ਇਹਦੇ ਨਾਲ ਤੱਲਕ ਹੀ ਹੈ ਜੀ ਤੁਹਾਡਾ? ਨਹੀਂ ਨਹੀਂ, ਤੱਲਕ ਤੁਸੀਂ ਕਦੋਂ ਸੁੱਟਣਾ ਹੈ? ਪੂਰਾ ਖਾ ਕੇ ਬਾਜਵੇ ਹੀ ਹੋਣਾ। ਆਹ ਹਰੇ ਪੈਸੇ ਖਰਚੇ ਨੇ ਬਸ ਪੁੱਤਰ, ਅਸੀਂ ਤਾਂ ਕੈਦੀਆਂ ਦੇ ਵੇਖਿਆ। ਕੋਈ ਨੀ ਗੱਲ ਸਾਨੂੰ ਕੀ, ਅਸੀਂ ਤਾਂ ਜੰਨਤ 'ਚ ਹੀ ਖਾਣਾ। ਤੇ ਇਹਦੇ ਵਿੱਚ ਰਸ ਵੀ ਹੈ, ਵਿੱਚ ਫੋਕਾ ਫੋਕਾ ਹੁੰਦਾ। ਜਿਹੜਾ ਦੁਬਈ ਦੇ ਲਾਸ ਹੋਣ ਦੀ ਵਜ੍ਹਾ ਨਾਲ ਜੀ, ਉਹਦੇ ਵਿੱਚ ਤੇਲ ਦਾ ਖਤਮ ਹੋਣਾ ਔਰ ਪ੍ਰਾਪਰਟੀ ਦਾ ਬੜਾ ਥੱਲੇ ਡਿੱਗਣਾ ਹੈ। ਜਿਹੜਾ ਡਾਲਰ ਤੋਂ ਯਾਰ ਇਹਨਾਂ ਨੂੰ ਥੱਲੇ ਸੁੱਟਣਾ ਪਏ। ਤੁਸੀਂ ਡਾਲਰ ਅਸੀਂ ਕਿੱਥੋਂ ਥੱਲੇ ਸੁੱਟਣਾ? ਸਾਡੇ ਕੋਲੋਂ ਤੇ ਇਟਲੀ ਚੁੱਕੀ ਜਾਂਦੀ ਕੁੱਤਾ ਪੈ ਜੇ ਤੇ ਇਹਦੀ ਭੁੱਖ ਭਾਈ ਜਾਨ ਖਾ ਇਹਨੂੰ। ਤੁਸੀਂ ਚੁੱਪ ਨਾ ਕਰੋ, ਗੱਲਾਂ ਕਰਦੇ ਰਹੋ, ਜਦੋਂ ਚੁੱਪ ਕਰਦੇ ਹੋ ਨਾ ਫਿਰ ਦੰਦੀ ਫੜ ਜਾਓ। ਨਹੀਂ ਇਹਦੇ ਵਿੱਚ ਕੋਈ ਬੀ ਹੁੰਦੇ ਨਾ, ਇਹ ਜੜਾਂ ਨਿਕਲੀਆਂ ਨੇ ਇਹਦੀ, ਇਹਦੇ ਵਿੱਚ ਬੀ ਹੁੰਦੇ। ਤੁਸੀਂ ਕਦੀ ਸਾਡੇ ਹੈੱਡ ਆਫਿਸ ਆਓ ਨਾ ਜੀ ਮਦੀਨਾ ਸਟੇਟ, ਤੁਹਾਨੂੰ ਹਰ ਚੀਜ਼ ਦਾ ਪਤਾ ਲੱਗ ਜਾਂਦਾ ਨਾ ਜੀ। ਇੰਨਾ ਰੁਪਈਆ ਮੈਂ ਕਹਿ ਰਿਹਾ ਕਿ ਇਹ ਮਾਰ ਕੇ ਜਾਏਗਾ ਤੁਹਾਨੂੰ, ਇਹਦੇ ਹੱਥੋਂ ਡਿੱਗਣ ਵੀ ਨਹੀਂ ਉੱਡਿਆ। ਤੇ ਤੁਸੀਂ ਬਾਜਵੇ ਨੂੰ ਬੁਲਾਇਆ ਕਿਉਂ? ਜਿਹੜੀ ਇਹ ਸਭ ਗੱਲ ਹੈ ਨਾ ਜੀ, ਜਿਹੜਾ ਆਹ ਕੰਮ ਹੈ, ਹੱਥ ਲਾਤਾ ਸਾਡੇ ਤੇ ਤੇ ਹੈਰਾਨ ਹੋ ਗਿਆ। ਬਾਜਵੇ ਤੇ ਵੀ ਹੈਰਾਨ ਹੀ ਦੇ ਦਿਓ ਨਾ, ਕਿਤੇ ਖਾ ਪਿਆ ਜੇ ਫਲਵੈਰੀ ਹੋ ਜਾਣੀ ਜੇ। ਕਿਹੜੇ ਪਾਸੋਂ ਖਾਣਾ ਜੀ? ਦੁਨੀਆ ਦੇ ਜਿਹੜੇ ਹਾਲਾਤ ਬੜੀ ਸਪੀਡ ਨਾਲ ਬਦਲ ਰਹੇ। ਕੀ ਕੀ ਜ਼ੈਕਾ ਬਾਜਵਾ ਸਾਹਿਬ ਦੇ ਕੇਲੇ ਦਾ? ਜਿਹੜੇ ਆ ਇਹਦੇ ਨਾਲ ਭੋਰਾ ਜਿਹਾ ਲੱਗਾ ਜੀ, ਇਹਦਾ ਤਾਂ ਫਿੱਕਾ ਫਿੱਕਾ ਹੀ ਆ। ਇਹਨੂੰ ਖਾ ਲਓ ਕਿ ਨਾਲ ਕਵਰ 'ਚ ਖੜਨਾ ਜੇ? ਤੁਸੀਂ ਅਗਲੀ ਕਿਸੇ ਸ਼ੁਰੂ ਕਰ ਲਈ ਨਾ, ਇਹ ਨਰਮ ਨਰਮ ਹੁੰਦਾ। ਮੁੱਕਣ ਡਿਆ
दुनिया उम्मीद पे कायम है, इंसान को उम्मीद रखनी चाहिए। उम्मीद रखनी चाहिए, थोड़ा सा केला भी रख लो। हुण तुसी जिहड़ा मैनु दे इहदे च केला पवावांगे। पुआले केला तो जो उतो पाटा आया एल्फी नाल उतो जोड़ ले पहला बाजवा वेख्या जी ने दो केले ने। अच्छा बाजवा फ्रूट तो वाहवा खान डे है, माशाल्लाह इन्हू लगता कि वो नहीं। मेरा ख्याल है बाजवा साहब गेम लाउंदे ने। बेटा बाजवा साहब तुहाडे नाल तगड़ा जी, ਤੁਸੀਂ ਵੀ ਜਿਹੜਾ ਫੜਿਆ ਤੁਹਾਡੇ ਨਾਲੋਂ ਚਿੱਟਾ ਹੈ। ਮਿਹਰਬਾਨੀ ਓਕੇ ਖਾ ਲਓ, ਸਾਨੂੰ ਲੱਗਦਾ ਇੰਗਲਿਸ਼ ਫਿਲਮ ਸ਼ੁਰੂ ਹੋਈ ਹੈ। ਬਾਜਵਾ ਸਾਹਿਬ ਮੈਂ ਪੂਰੇ ਘੰਟੇ ਚ ਮਕਾਣਾ। ਮਾਸ਼ਾ ਵੱਡਾ ਹੋ ਕੇ ਤੇ ਘੰਟੇ ਚ, ਬਚਪਨ ਚ ਤੇ ਮਿੰਟ ਲਾਉਂਦਾ ਸੀ ਪੂਰਾ ਖਾ ਜਾਂਦਾ ਸੀ। ਮੈਨੂੰ ਖਾਣਾ ਤੇ ਨਹੀਂ, ਮੇਰਾ ਦਿਲ ਕਰਦਾ ਇਹਨੂੰ ਮੈਂ ਮੜਾ ਕੇ ਤੇ ਗੱਲ ਚ ਪਾ ਲਾ। ਇਹਨੂੰ ਮੜਾ ਕੇ ਗੱਲ ਚ ਪਾ, ਜਿੱਥੇ ਮਰਜ਼ੀ ਪਾ, ਮੈਂ ਬਾਥਰੂਮ ਚ ਨਹੀਂ ਖੜਨ ਦੇਣਾ। ਉਹ ਐ ਹੁੰਦਾ ਹੀ ਫੜੇ। ਬੇਟਾ ਗੱਲ ਜਿਹੜੀ ਅਸਲ ਇਹਨਾਂ ਨੂੰ ਦੱਸੋ ਕਿ ਤੁਸੀਂ ਬਾਜਵੇ ਨੂੰ ਬੁਲਾਇਆ ਕਿਉਂ? ਗੱਲ ਤਾਂ ਟੈਨਸ਼ਨ ਵਾਲੀ ਬਣੀ ਪਈ। ਬਾਜਵਾ ਸਾਹਿਬ ਬਾਜਵੇ ਬਾਜਵਾ ਰੇ ਕੋਈ ਰੇੜੀ ਲੁੱਟ ਕੇ ਆਇਆ ਜੀ। ਬਾਜਵਾ ਸਾਹਿਬ ਜਿਹੜਾ ਦਾਣਾ ਵਿੱਚੋਂ ਖਰਾਬ ਹੈ ਨਾ ਉਹ ਫਿਰ ਸਵਾਦ ਲੈ ਲਈਏ। ਜਿੰਨੀ ਭੁੱਖੇ ਦੇ ਨਾਰੇ ਕੀ ਸਵਾਦ ਆਉਣਾ। ਤੁਸੀਂ ਜੂਠਾ ਹੈਗੀ ਆ, ਤੁਸੀਂ ਇੱਕ ਦਾਣੇ ਮਗਰ ਜ਼ਲੀਲ ਹੋਣ ਡੇ। ਜਦੋਂ ਬਾਜਵੇ ਨੇ ਪੂਰਾ ਛਾਪਰ ਖਾ ਕੇ ਸੁੱਟ ਲੈਣਾ, ਉਹਦੇ ਵਿੱਚੋਂ ਦੋ ਤਿੰਨ ਦਾਣੇ ਸਹੀ ਨਿਕਲ ਆਉਣੇ। ਵੇਟ ਕਰ ਬੇਟਾ, ਹੁਣ ਤੁਸੀਂ ਬੁਲਾਇਆ ਕਿਉਂ ਹੈ? ਜਿਹੜੀ ਅਸਲ ਗੱਲ ਹੈ ਬਾਜਵਾ ਸਾਹਿਬ, ਗੱਲ ਇਹ ਵੇ ਕਿ ਇੱਥੇ ਭੁੱਖ ਨੱਚ ਰਹੀ ਹੈ। ਸਾਡੇ ਕੋਲ ਦੋ ਕਮਰੇ, ਅਸੀਂ ਚਾਹ ਰਹੇ ਹਾਂ ਕਿ ਇੱਕ ਝਾਪ ਹੋਈ ਜਾਈਏ ਤੇ ਇੱਕ ਕਮਰਾ ਅਸੀਂ ਕਿਰਾਏ ਤੇ ਚਾੜ ਲਈਏ। ਯਾਨੀ ਕਿ ਕਹਿਣ ਦਾ ਮਤਲਬ ਹੈ ਖਾਦਾ ਕੁਛ ਨਹੀਂ। ਮਾਲਕ ਮੇਰੇ ਸਾਹਮਣੇ ਨੇ, ਹਾਂਜੀ ਮਾਲਕ ਮੇਰੇ ਸਾਹਮਣੇ ਨੇ, ਨੈਣ ਨਕਸ਼ ਕਿਸੇ ਦਾ ਵੀ ਸਹੀ ਨਹੀਂ। ਬਿਲਕੁਲ ਠੀਕ ਹੈ, 26 ਨੰਬਰ ਗਲੀ 27 ਨੰਬਰ ਮਕਾਨ, ਤੁਸੀਂ ਪਹੁੰਚਣ ਵਾਲੀ ਗੱਲ ਕਰੋ। ਲਓ ਜੀ ਖਾਨ ਸਾਹਿਬ, ਮੈਂ ਕਹਿ ਰਿਹਾ ਯਾਰ ਤੁਹਾਡੀ ਭੁੱਖ ਤੋਂ ਮੈਨੂੰ ਯਾਦ ਆਇਆ, ਮੇਰੀ ਗੱਡੀ ਦੇ ਵਿੱਚ ਮੈਂ ਆਪਣੇ ਟਾਊਨ ਜਾ ਰਿਹਾ ਸਾਂ। ਅੱਛਾ, ਦੋਸਤਾਂ ਵਾਸਤੇ ਚੀਜ਼ਾਂ ਬਣਾ ਕੇ ਰੱਖੀਆਂ ਨੇ, ਜੇ ਕਹੋ ਤੇ ਮੈਂ ਲੈ ਆਉਂਦਾ। ਰੋਟੀ ਰੋਟੀ ਸਿਰਫ ਰੋਟੀ ਕੀ ਪਕਾਏ? ਢੇਰ ਲੱਗੇ ਪਏ ਨੇ, ਹਾਟ ਪਾਟ ਹੀ ਹਾਟ ਪਾਟ ਨੇ। ਨਹੀਂ ਪਕਾਇਆ ਕੀ ਜੀ? ਮਾਸ਼ਾਅੱਲਾ ਖਾਨ ਸਾਹਿਬ, ਤੁਸੀਂ ਵੈਸੇ ਮੁਨਾਸਬ ਨਹੀਂ ਲੱਗ, ਕਰੇਲੇ ਤੇ ਛੋਟਾ ਗੋਸ਼ਤ। ਤੈਨੂੰ ਮੈਂ ਬੋਲਾਂ ਸੁਭਾਨ ਕਰੇਲੇ ਗੋਸ਼ਤ, ਉਹ ਕਰੇਲੇ ਉਹਨੇ ਸਾਡੇ ਬਰਾਸੀਆਂ ਦੇ ਮੁਰਸ਼ਦ ਪਕਾਲੇ। ਕਰੇਲਾ ਤੇ ਸਾਡਾ ਭਣਵਈਆ ਸੀ। ਨਹੀਂ ਤੁਸੀਂ ਮੇਰਾ ਨਾਂ ਲੈਣਾ ਹੈ ਤੇ ਤੁਸੀਂ ਲੰਮੇ ਪੈ ਜਾਓ, ਨਫ਼ਰਤ ਤੇ ਰਹਿਣ ਦੇਣਾ। ਮੇਰੇ ਕਰੇਲੇ ਗੋਸ਼ਤ ਹੈ ਉਹ, ਤੇ ਅਸੀਂ ਗੈਸ ਪੂਰਾ ਪਣਾ ਕਰ ਰਹੇ ਹਾਂ ਨਾ। ਮਾਂ ਸਾਹਿਬ ਵਿੱਚ ਲੰਮੀ ਮਿਰਚ ਪਾਈ ਹੈ, ਸੈਂਟਰ ਚੋਂ ਚੀਰਾ ਲਾਇਆ। ਉਹ ਤੈਨੂੰ ਨਾਂ ਲੈਣਾ, ਤੇਰੀ ਜ਼ਿੰਦਗੀ ਹੋਵੇ। ਮੈਂ ਕਹਿ ਰਿਹਾ ਤਵੇ ਤਵੇ ਤੇ ਤਵੇ ਤੇ ਤਵੇ ਤੇ ਉਹ ਰੋਟੀਆਂ ਪਾਈਆਂ ਨੇ ਜਿਹਦੇ ਉੱਤੇ ਐਂ ਘਿਓ ਰੱਖਿਆ ਤੇ ਗਾਇਬ ਹੋ ਗਿਆ। ਰੋਟੀ ਲੈ ਜਾ, ਸਾਨੂੰ ਫੇਰ ਮਾਰ ਦੇ। ਤੇਰੀ ਫੜ ਓਏ, ਤੇਰੀ ਫੜ ਪੋਤੋ ਆ ਰਹੇ। ਹੱਥ ਧੋਣੇ ਨੇ, ਪੂੰਝ ਪੂੰਝ ਹੀ ਲਵੋ। ਇੱਥੇ ਕਰੇਲੇ ਆਉਣੇ ਚ ਆਏ ਨਹੀਂ ਜਗਾ ਚੁੰਮ ਕਰੇਲੇ ਤੇ ਗੌਰਮੈਂਟ ਨੇ ਰੌਲਾ ਪਾਇਆ, ਹੈਲਮਟ ਪਾਓ ਨਜ਼ਰ ਆਉਂਦਾ ਨਹੀਂ। ਮੇਰੇ ਜਿੰਕੂ ਇਹ ਭੁੱਲ ਗਏ ਨਹੀਂ? ਹਾਂਜੀ ਉੱਤੋਂ ਉੱਤੋਂ ਪਾ ਲਿਆ। ਹਾਂ ਸਾਹਿਬ, ਕਿਉਂ ਦਿਲ ਛੋਟਾ ਕਰਦੇ ਹੋ? ਇਹ ਘਾਂਡੀ ਰੁੜੀ ਹੈ ਨਾ। ਹਾਂ ਅੱਲਾ ਲਿਓ, ਮੇਥੀ ਦੇ ਵਿੱਚ ਦੁੰਬੇ ਦੀਆਂ ਚਾਂਪਾਂ ਤੈਨੂੰ ਲੈ ਲੈ
ਬੇਟਾ ਤੇਰੀ ਜ਼ਿੰਦਗੀ ਕਰੇ ਬੱਚਿਆ। ਖਾਨ ਸਾਹਿਬ ਘਰ ਦੇ ਵਿੱਚ ਬੂਟਾ ਲੱਗਾ ਉਹ ਲਸੂੜਿਆਂ ਦਾ ਅਚਾਰ ਜੀ, ਤੰਦੂਰ ਦੀਆਂ ਰੋਟੀਆਂ ਜਿਹਦੇ ਅੰਦਰ ਦੇਸੀ ਘਿਓ ਲਾ ਕੇ ਨੀ ਇੱਥੇ ਭਾਓ ਮੇਰੇ ਆ। ਨਾ ਬੇਟਾ ਦਮ ਨਾ ਦੇ ਦੀ, ਮੈਂ ਲੈ ਕੇ ਆ ਰਿਹਾ। ਯਾਰ ਉਹ ਇੱਕ ਮਾਈ ਆਈ ਉਹ ਵਿੱਚ ਵੱਜੀ, ਤੂੰ ਹੱਥੋਂ ਵਾਰ ਸ਼ਹਿਰ ਲੈ ਦੇ ਗਈ। ਪੁਦੀਨੇ ਦੀ ਚਟਨੀ ਜਿਸ ਵੇਲੇ ਦਾੜ ਥੱਲੇ ਕਿਤੇ ਕਿਤੇ ਨਾਰਦਾ ਨਾ ਆਣਾ ਤੇ ਕੜਾ ਚਕੜਾ ਮੋਟੀ ਮਲਾਈ ਵਾਲਾ ਰਹਿਤਾ। ਖਾਨ ਸਾਹਿਬ ਮੈਂ ਕਹਿ ਰਿਹਾ ਇੰਜ ਦੇ ਤਰਤੀਬ ਵਾਰ ਖੀਰੇ ਦਾ ਹੁਣ ਦਵਾ ਕਰੋ ਸਾਰਾ ਬੰਦ ਹੋਵੇ। ਇਹ ਬਾਜਵੇ ਦੀ ਗੱਡੀ ਚ ਪਏ ਨੇ ਜਾਂ ਇਹ ਹੋਟਲ ਨੂੰ ਦਰਵਾਜ਼ੇ ਨੂੰ ਆਏ ਨੇ? ਯਾਰ ਨਾ ਕੋਈ ਗੱਡੀ ਨਾ ਆਵੇ। ਹੈ ਆਜੋ 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 ਪਹੁੰਚ ਗਏ ਤੁਹਾਡੇ ਨੂੰ। ਦੋ ਆਂਡੀਆਂ ਦਾ ਸੜਕ ਤੇ ਘਿਓ ਹੀ ਇੰਨਾ ਹੋਇਆ ਕਿ ਪੈਰ ਸਲਿਪ ਹੋ ਗਏ। ਚਮਚੀਆਂ ਫੜੋ ਉਹ ਸੜਕ ਤੇ ਪਈਏ। ਕੀ ਗੱਲਾਂ ਰਹੇਗਾ ਵੇਖ ਲਵੋ ਮਰਜ਼ੀ। ਬਾਕਰ ਖਾਣੀ ਲੈ ਉਹ ਪਰ ਗਲੀ ਥਾਣੀ ਆਉਣਾ ਹੈ। ਤੁਸੀਂ ਰੋਡ ਤੇ ਨਾ ਹੀ ਚੜਿਆ ਕਰੋ। ਮਰਜ਼ੀ ਹੈ ਵੈਸੇ ਤੁਹਾਡੀ, ਜੈਸਾ ਮੌਸਮ ਜਾ ਰਿਹਾ ਨਾ ਖਾਨ ਸਾਹਿਬ, ਛੇ ਛੇ ਮਸੰਮੀਆਂ ਫੀ ਬੰਦੇ ਨੂੰ। ਤੈਨੂੰ ਲੈ ਮੇਰੀ ਮਾਲਾ ਲਵੇ ਓ ਠੰਡੀ ਸ਼ੈ। ਚਲੋ ਤੁਸੀਂ ਚੁੱਲ੍ਹੇ ਕੋਲ ਬਹਿ ਕੇ ਖਾ ਲੈਣਾ। ਬਾਈ ਪੁੱਤਰ ਤੂੰ ਨਾ ਗਰਮ ਸੌਦੇ ਰੋੜ ਗਏ ਨਾ। ਹਾਂਜੀ ਹਾਂਜੀ ਤੇ ਤੇਰੇ ਵੱਲੋਂ ਸਾਨੂੰ ਆ ਗਏ, ਤੂੰ ਸਾਡੇ ਹੱਥ ਧਵਾ। ਯਾਰ ਛੁਰੀ ਫੇਰਦੀਆਂ ਸੀ ਉਹ ਸੀਲ ਕੁਕੜੀਆਂ ਨੂੰ। ਸੀਲ ਕੁਕੜਾਂ ਦਾ ਵੀ ਖਾ ਕੇ ਵੇਖੀ ਭਾਈ, ਤੂੰ ਕੁਛ ਨਾ ਲਿਆ ਸਿਰਫ ਸਾਡਾ ਕਮਰਾ ਚੜਾ। ਕਮਰਾ ਤੇ ਸਮਝੋ ਚੜ ਗਿਆ, ਕਸਟਮਰ ਬਸ ਆ ਹੀ ਰਹੇ ਨੇ। ਅੱਛਾ ਜੀ ਖਾਨ ਸਾਹਿਬ ਐਸੇ ਐਸੇ ਆਲਾ ਕਿਸਮ ਦੇ ਨੁੱਕਰ ਤੇ ਪੰਜੇ ਪੱਕ ਰਹੇ ਨੇ ਇਹਦੇ ਕੋ ਪਰੇ ਹੋ ਜਾ। ਓਏ ਓਏ ਪੰਜੇ ਖਾਂ ਸਾਡੇ ਆਲੇ ਵੇਖ, ਛੋਟੇ ਗੋਸ਼ਤ ਤੋਂ ਸਾਨੂੰ ਖਵਾ ਨਾ ਤੇ ਦੱਸ ਵੀ ਨਾ ਝੁੱਕ ਆਪਣਾ ਮੈਨੀਓ। ਚਲੋ ਠੀਕ ਹੈ, ਛੋਟੇ ਗੋਸ਼ਤ ਤੋਂ ਟੁਰ ਕੇ ਤੇ ਸਾਨੂੰ ਪੰਜੇ ਆ ਤੇ ਲੈ ਆਏ। ਓਏ ਭੈੜਿਓ ਕਿੱਡਾ ੜਾ ਕੁੱਕੜ ਹੁੰਦਾ, ਪੰਜੇ ਨਾਲ ਫੋਲਦੇ ਤੇ ਪੋਟ ਭਰਦੀ ਹੈ ਨਾ। ਇਹ ਪੰਜੇ ਤੋਂ ਅੱਗੇ ਡਾਇਰੈਕਟ ਨੇ ਓਏ ਪੰਜੇ ਤੇ ਜਾਣਾ ਜੇ। ਅੱਛਾ ਗੱਲ ਹੈ ਵੇ ਕਿ ਤੁਸੀਂ ਉਹਦੇ ਕੋਲੋਂ ਕਿਰਾਇਆ ਕਿੰਨਾ ਲਵੋਗੇ ਮੈਨੂੰ ਉਹ ਦੱਸ ਦਿਓ। 15 ਨਹੀਂ ਕਾਮੀ ਪੇਸ਼ੀ ਹੋਣੀ ਚਾਹੀਦੀ ਹੈ ਅੱਜ ਕੱਲ੍ਹ ਦੇ ਜੈਸੇ ਖਾ ਦੋ ਮੈਨੂੰ ਕਰ ਗੁਜ਼ਾਰਾ ਵੀ। ਡਾਲਰ ਦਾ ਰੇਟ ਬਹੁਤ ਵੱਧ ਗਿਆ, ਤੁਸੀਂ ਕਿਰਾਏਦਾਰ ਹੋ। ਯਾਰ ਅਸੀਂ ਬਤਾਏ ਯਾਰ, ਤੁਸੀਂ ਮਾਲਕ ਮਕਾਨ ਨੂੰ ਆਉਣ ਵਾਲੇ ਦਾ ਡਾਲਰ ਅਸੀਂ 10 ਰੁਪਏ ਵੇਖੇ ਤੋਂ ਹਫ਼ਤੇ ਹੋ ਗਏ ਸਾਨੂੰ ਡਾਲਰ ਸੁਣਾਈ ਜਾਂਦੇ। ਯਾਰ ਅੱਗੇ ਉਹ ਕਿੰਨੇ ਦਿਨ ਰਹਿ ਗਏ ਨੇ? ਹਾਂ ਥੋੜੇ ਦਿਨ ਰਹਿ ਗਏ ਨੇ ਭੈੜੇ। ਉਹ ਤੁਹਾਨੂੰ ਚੂੰਗਾ ਤੇ ਕੀਮਾ ਖਵਾਉਣ ਤੈਨੂੰ ਲੈ ਆਇਆ ਤਰਾ ਵਾ ਚੱਲ। ਬਦਮਾਸ਼ ਸਾਹਿਬ ਸਾਨੂੰ ਕੁਛ ਕਿਹਾ ਜੇ ਨਾ ਭਲਵਾਨ ਜੀ ਫੜੋ ਪਾਗ ਲੱਗੇ ਰਹਿ ਸਾਡਾ ਹੀ ਜੀ।
ਆਪਣੇ ਐਵੇਂ ਡਰੇ ਹੋ ਤੁਸੀਂ ਆਪਣੇ ਅਸੀਂ ਵੀ ਤੁਸੀਂ ਨਹੀਂ ਹੈਗੇ ਨੀ ਤੇ ਦੱਸ ਤੇ ਸਹੀ ਮੈਂ ਕਿਹਾ ਲੱਗਦਾ ਕੋਈ ਕੁੱਤਾ ਸਟੈਂਡ ਤੇ ਲਾ ਗਿਆ ਹੈ ਚਿਵਲ ਜੇ ਕੋਟ ਵੇਖ ਪਾਇਆ ਇਹਨੇ ਤੇਰੀਆਂ ਇਹਨਾਂ ਹਰਕਤਾਂ ਤੋਂ ਤੇਰੀ ਬੁੱਢੀ ਨੇ ਤੇਰੇ ਕੋਲ ਤਲਾਕ ਲਈ ਸਾਲਿਆ ਉਹ ਕਿਸ ਗੱਲ ਤੋਂ ਜੀ ਅਦਾਲਤ ਜਾ ਕੇ ਮੈਨੂੰ ਤਲਾਕ ਦਿਓ ਜੱਜ ਕਹਿੰਦਾ ਮਾਰਦਾ ਜਾਂ ਖਰਚਾ ਨਹੀਂ ਦਿੰਦਾ ਕਹਿੰਦੇ ਨਹੀਂ ਸ਼ੱਕ ਕਰਦਾ ਕਹਿੰਦੇ ਸ਼ੱਕ ਕਰਦਾ ਕਹਿੰਦੀ ਮੈਂ ਘਰ ਇਕੱਲੀ ਬੈਠੀ ਹੁੰਦੀ ਹਾਂ ਆਉਂਦਾ ਹੀ ਬੰਦਾ ਲੱਭਣ ਲੱਗ ਪੈਂਦਾ ਇਸੇ ਲਈ ਮੈਂ ਆਪਣੀ ਬੀਵੀ ਨੂੰ ਤਲਾਕ ਦਿੱਤੀ ਸੀ ਹਰ ਗੱਲ ਭਰਾ ਨੂੰ ਦੱਸਦੀ ਸੀ ਅੱਛਾ ਜੀ ਤੁਸੀਂ ਇਹਨਾਂ ਨੂੰ ਵਿਆਹ ਸਿਆਲਕੋਟੀ ਦਰਵਾਜ਼ੇ ਬੰਦਾ ਕੜਾਈ 'ਚ ਮੱਛੀ ਤਲ ਰਿਹਾ ਹੈ ਇਹ ਚਵਲ ਉਹਦੇ 'ਚ ਕੁੰਡੀ ਸੁੱਟ ਕੇ ਖਲੋਤਾ ਹੈ ਯਾਨੀ ਕਿ ਤਲੀ ਮੱਛੀ ਫੜ ਰਿਹਾ ਜੱਫੀ ਪਾ ਕੇ ਉੱਥੇ ਦੰਦੀ ਵੜ ਕੇ ਤੇਰੀ ਭਾਬੀ ਦੇ ਕਾਬਲ ਹੀ ਨਾ ਰਵਾਂ ਮੈਂ ਭਾਈ ਜੀ ਮੈਂ ਆਇਆ ਜੀ ਸ਼ਾਦੀ ਕਰਨ ਸ਼ਾਦੀ ਕਰਨੀ ਜੀ ਇਹਦੀਆਂ ਭੈਣਾਂ ਨੇ ਠੀਕ ਹੈ ਫਿਰ ਦੋ ਦੇ ਦਿਓ ਸਰਦੀ ਆ ਏਸੀ ਬੰਦ ਹੋ ਪੱਖੇ ਬੰਦ ਹੋ ਮੋਟਰਸਾਈਕਲ ਤੇ ਹਲਕਾ ਜਿਹਾ ਨਿਕਲੋ ਤੇ ਇੱਥੇ ਠੰਡੀ ਹਵਾ ਪੈਂਦੀ ਹੈ ਹਰ ਚੌਂਕ 'ਚ ਯਖੜੀਆਂ ਲੱਗ ਜਾਣੀਆਂ ਉਬਲੇ ਆਂਡੇ ਲੱਗ ਜਾਣੇ ਨੇ ਹੁਣ ਤੁਸੀਂ ਇੱਕ ਉਬਲੇ ਆਂਡਾ ਖਾ ਕੇ ਯਖੜੀ ਦਾ ਕੱਪ ਪੀ ਕੇ ਜੇ ਉਸ ਟਾਈਮ ਬੰਦੇ ਕੋਲ ਜਨਾਨੀ ਨਾ ਹੋਵੇ ਤੇ ਫਿਰ ਤੈਨੂੰ ਲੱਭਦਾ ਫਿਰੇਗਾ ਉਸ ਵੇਲੇ ਕੀ ਗੱਲਾਂ ਕਰ ਰਹੇ ਆ ਪਹਿਲਵਾਨ ਜਿੰਨੀ ਇਹਨਾਂ ਦੇ ਵਿਹੜੇ 'ਚ ਗੁਰਬਤ ਹੈ ਨਾ ਇੱਕ ਇੱਕ ਤਵੇ ਦਾ ਪਰੌਂਠਾ ਤੇ ਥੋੜੀ ਸਾਰੀ ਠੰਡੀ ਕੜੀ ਇਹਨਾਂ ਨੂੰ ਖਵਾ ਇਹਨੇ ਤੇਰੇ ਅੱਗੇ ਆਪਣੀਆਂ ਦਾਦੀਆਂ ਵੀ ਲੈਣੀਆਂ ਇਹਦੀ ਦਾਦੀ ਤੇ ਫਿਰ ਵੀ ਚੱਲ ਜਾਏਗੀ ਉਹਦੀ ਦਾਦੀ ਮੈਂ ਕਿੱਥੇ ਲੱਭਦਾ ਫਿਰਾਂਗਾ ਦਾਦੀ ਕਿੱਥੇ ਗਈ ਦਾਦੀ ਕਿੱਥੇ ਗਈ ਇਹਦੇ ਵਿਆਹ ਤੇ ਜਿਹਨੇ ਵੀਡੀਓ ਫਿਲਮ ਬਣਾਈ ਉਹਦੇ ਗੋਡੇ ਛਿੱਲੇ ਗਏ ਇੰਜ ਤੇ ਬਣਾਈ ਸੀ ਉਹਨੇ ਸਾਰੀ ਸਾਰੀ ਬਰਾਤ ਤੇ ਐ ਫਿਰਨ ਡਈ ਸੀ ਅੱਛਾ ਚਵਲ ਕਬਰਸਤਾਨ ਦਹੀਂ ਭੱਲੇ ਲਾ ਲਏ ਤੇ ਪਹਿਲੀ ਆਵਾਜ਼ ਲਾਈ ਦਹੀਂ ਭੱਲੇ ਮੁਰਦਾ ਉੱਠ ਕੇ ਕਹਿੰਦਾ ਚੱਲ ਆਪਣੇ ਮੁੱਲੇ ਸ਼ਵਾਰਮਾ ਲੈਣ ਗਿਆ ਸ਼ਵਾਰਮਾ ਪੈਕ ਕਰ ਰਿਹਾ ਤੈਨੂੰ ਕਹਿੰਦਾ ਭਾ ਇੱਕ ਵਾਰੀ ਮੂੰਹ ਵਹਾ ਦੇ ਇਹਦੇ ਜ਼ਿਹਨ 'ਚ ਮਈਅਤ ਬੰਨ ਰਹੇ ਨੇ ਉਹ ਇੱਕ ਬੰਦੇ ਦੇ ਮੱਥੇ ਦੇ ਵਿੱਚ ਗੋਲੀ ਵੱਜੀ ਮਰ ਗਿਆ ਸਾਰੇ ਬੰਦੇ ਰੋਣ ਡਏ ਕੋਲ ਖਲੋ ਕੇ ਗਈ ਰੋਣ ਕਿਡੇ ਸ਼ੁਕਰ ਕਰੋ ਉਹਦੀ ਅੱਖ ਬਚ ਗਈ ਆ ਗੁਲਾਬ ਦੀ ਟਹਿਣੀ ਸੀ ਇਹਦੀ ਸਿਹਤ ਵੇਖ ਇਹਦੀਆਂ ਗੱਲਾਂ ਵੇਖ ਏਡਾ ਬਰੀਕ ਬੱਚਾ 1-5 ਨੂੰ ਕਿੱਕ ਮਾਰੀ ਤੇ ਗਾਇਬ ਹੋ ਗਿਆ ਉਹ ਕਿਸੇ ਉਹ ਪਤਾ ਲੱਗਾ ਕਿੱਕ ਵਾਪਸ ਆਈ ਤੇ ਉੱਠ ਕੇ ਛੱਤ ਚਲਾ ਗਿਆ ਸਾਰੀ ਫਿਟਿੰਗ ਥੱਲੇ ਕਰਾਤੀ ਇੱਥੇ ਕਰਕੇ ਉਹ ਨਲਕੇ ਇੱਥੇ ਇੱਥੇ ਕਰਕੇ ਲੱਗੇ ਵੱਡਾ ਬੰਦਾ ਖਲੋ ਕੇ ਧੋ ਰਿਹਾ ਕਿਸੇ ਦੋਸਤ ਦੇ ਘਰ ਗਿਆ ਉਹ ਘਰ ਨੀ ਸੀਗਾ ਉਹਦੀ ਬੀਵੀ ਨੇ ਕਿਹਾ ਹੁਣ ਸਵੇਰੇ ਆਏਗਾ ਤੂੰ ਮਿਲ ਨਹੀਂ ਕਿੱਥੋਂ ਐਡੀ ਦੂਰ ਜਾਏਗਾ ਉਹਨੇ ਰੋਟੀ ਰੋਟੀ ਖਵਾਈ ਤੇ ਸਭ ਤੋਂ ਥੱਲੜੀ ਮੰਜੀ ਤੇ ਸਵਾਤਾ ਇਹਨੂੰ ਅੱਛਾ ਵਿੱਚ ਘਰ ਲਈ ਤੇ ਬੱਚੇ ਉਤਲੀ ਤੇ ਉਹ ਆਪ ਠੀਕ ਹੈ ਪਤਾ ਨੀ ਰਾਤੀ ਕੀ ਹੋਇਆ ਤੇ ਉਤਲੀ ਮੰਜੀ ਤੇ ਪਹੁੰਚ ਗਿਆ ਉਹਦੀ ਮੰਜੀ ਪਤਾ ਨੀ ਕੀ ਹੱਥ ਪੈਰ ਮਾਰੇ ਉਹਨੇ ਕਿਹਾ ਬਗੈਰ ਤਾਂ ਮੈਂ ਤੈਨੂੰ ਰੋਟੀ ਖਵਾਈ ਪਾਣੀ ਪੈ ਦੇ ਤੂੰ ਮੇਰੀ ਇੱਜ਼ਤ ਤੇ ਹੱਥ ਪਾਇਆ ਅੱਗੋਂ ਕਹਿੰਦਾ ਨਹੀਂ ਮੈਂ ਮਾਫ਼ੀ ਚਾਹੁੰਦਾ ਮੈਂ ਮੰਜੀ ਤੋਂ ਡਿੱਗ ਪਿਆ ਪਰ ਨਹੀਂ ਗਿਆ ਬੱਚਿਆਂ ਥੱਲੋਂ ਉੱਤੇ ਡਿੱਗ ਪਏ ਜਾ ਕੇ ਕੁੱਤੇ ਦੇ ਆ ਪੁੱਤਰਾ ਐਡਾ ਤੂੰ ਸੱਤ ਰੱਬਦੀ ਚਵਲ ਜੀ ਆ ਇਹਦਾ ਪਿਓ ਮਰ ਗਿਆ ਇਹਦੀ ਬਾਤ ਹੈ ਨਹੀਂ ਮਰਿਆ
ਗਿਆ ਬਚ ਗਿਆ ਬਚ ਗਿਆ ਇਹਦਾ ਪਿਓ ਮਰ ਗਿਆ ਜਨਾਜ਼ਾ ਲੈ ਕੇ ਜਾ ਰਹੇ ਸਾਹਮਣੇ ਖੰਭੇ 'ਚ ਵੱਜਾ ਤੇ ਉੱਠ ਕੇ ਪੈ ਗਿਆ ਅਗਲੇ ਦਿਨ ਫਿਰ ਮਰ ਗਿਆ ਫਿਰ ਲੈ ਕੇ ਜਾ ਰਹੇ ਸਾਰੇ ਕਹਿ ਰਹੇ ਕਲਮਾ ਸ਼ਹਾਦ ਇਹ ਚਵਲ ਇਕੱਲਾ ਹੀ ਕਹਿ ਰਿਹਾ ਉਹ ਖੰਭਾ ਬਚਾ ਪੈਂਪਰ ਲੈਣ ਗਿਆ ਤਾਂ ਉੱਥੇ ਭੁੱਲ ਗਿਆ ਉੱਥੇ ਜਾ ਕਹਿੰਦਾ ਜੀ ਇਹਦੀ ਕੇਸਿੰਗ ਦੇ ਦੇ ਜਿਹੜੇ ਖਲੋਤੇ ਹੁੰਦੇ ਨੇ ਇਹਨੇ ਪਹਿਲੀ ਵਾਰੀ ਵੇਖਿਆ ਤੇ ਮੂੰਹ ਧੋਣ ਲੱਗ ਗਿਆ ਮਸ਼ਾਲਾ ਤੁਹਾਨੂੰ ਗੱਡੀ ਚਲਾਉਣੀ ਆਉਂਦੀ ਕਿੱਥੇ ਆ ਗੱਡੀ ਨਹੀਂ ਆਉਂਦੀ ਯਾਰ ਸਹੀ ਗੱਲ ਤੈਨੂੰ ਗੱਡੀ ਚਲਾ ਤੂੰ ਤੇ ਵੈਸੇ ਵੀ ਟਰੱਕ ਦੇ ਪਿੱਛੇ ਖਲੋਤਾ ਹੁੰਦਾ ਜੀ ਕਰਕੇ ਤੇਰਾ ਤਾਂ ਕੰਮ ਹੀ ਉਦੋਂ ਸ਼ੁਰੂ ਹੋਇਆ ਜਦੋਂ ਐਂ ਕਰਕੇ ਕੂੜੇ ਵਾਲੀ ਨੂੰ ਪਾਉਂਦੀ ਥੰਗ ਟੰਗ ਇਹ ਲਾਇਆ ਇਹ ਤੂੰ ਕੁੰਡੇ ਇੱਥੇ ਲਾ ਕੇ ਕਹਿਣਾ ਹੁੰਦਾ ਜਾਂਦੇ ਉਸਤਾਦ ਜੀ ਸਵੇਰੇ ਸਵੇਰੇ ਲੱਕੜ ਦੀਆਂ ਫੱਟੀਆਂ ਨਾਲ ਕੂੜਾ ਰੇਹੜੀ 'ਚ ਪਾ ਕੇ ਅਤੇ ਰੇਹੜੀ ਇੰਝ ਇੱਥੇ ਫੱਟੀਆਂ ਇੰਝ ਲੈ ਕੇ ਜਾਂਦਾ ਜਿਵੇਂ ਲੈਪਟਾਪ ਲੈ ਕੇ ਜਾ ਰਿਹਾ ਆ ਬੇਟਾ ਚਵਲ ਇਹ ਸਾਲਾ ਸਵੇਰੇ ਸਵੇਰੇ ਬਾਲਟੀਆਂ ਲੈ ਕੇ ਗਟਰ ਦੇ ਦੁਆਲੇ ਇੰਜ ਘੁੰਮਦੇ ਜਿਵੇਂ ਸਾਲੇ ਦੁੱਧ ਲੈਣ ਆਏ ਨੇ ਚਵਲ ਬੰਦਾ ਤਾਜੇ ਕੁਮਾਰੇ ਪਤਾ ਕੌਣ ਹੈ ਸਾਈਆਂ ਦਾ ਨਾ ਸਿਰ ਬੱਟ ਅੱਛਾ ਐ ਨੀ ਚਵਲ ਆ ਪੇਂਡੂ ਪਿੰਡ ਚੋਰੀਆਂ ਕਰਦਾ ਜੀ ਚੋਰੀ ਕਰਕੇ ਦੌੜਨ ਲੱਗਾ ਉਹਨਾਂ ਨੇ ਫੜ ਲਿਆ ਇਹਦਾ ਮੂੰਹ ਕਾਲਾ ਕਰਕੇ ਨਾ ਖੋਤੇ ਤੋਂ ਪਾ ਕੇ ਪੂਰੇ ਪਿੰਡ ਦਾ ਚੱਕਰ ਲਵਾਇਆ ਜਦੋਂ ਦੀ ਗਲੀ ਨੂੰ ਲੰਘੇ ਨਾ ਤੇਰੀ ਮਾਂ ਬਾਹਰ ਗਲੋ ਕਰਾਉਣ ਡਈ ਕਹਿੰਦਾ ਰੋਣੀ ਕਿਉਂ ਜਾ ਕੇ ਚਾਹ ਬਣਾ ਦੋ ਤਾਂ ਗਲੀਆਂ ਰਹਿ ਗਈਆਂ ਇਹ ਗੱਲ ਸੱਚੀ ਏ ਸਾਹਿਰ ਜੇ ਖੋਤਾ ਆਪ ਸੁਣਾ ਰਿਹਾ ਤੇ ਸੱਚੀ ਹੋਏਗੀ ਅੱਜ ਤੁਸੀਂ ਉਹਨੂੰ ਖੋਤਾ ਕਹਿਣ ਡਏ ਉਹਦੇ ਨਾਲ ਅਫਸੋਸ ਕੀਤਾ ਜੀ ਕਹਿੰਦਾ ਉਹਦਾ ਪਿਓ ਮਰ ਗਿਆ ਓਏ ਕਿੰਜ ਉਹ ਕਿੰਜ ਉਹ ਗਟਰ 'ਚ ਵੜਿਆ ਸ਼ਰੀਕਾ ਪਿੱਛੋਂ ਪਾਣੀ ਖੋਲ ਓਏ ਮੇਰਾ ਤਾਂ ਪਿਓ ਮਰਿਆ ਨਾ ਇਹਨੂੰ ਅਫਸੋਸ ਕਰੋ ਤੇਰੇ ਪੁਰਾ ਐਕਸੀਡੈਂਟ 'ਚ ਮਰ ਗਈ ਉਹ ਕਿਵੇਂ ਇਹਨਾਂ ਦੇ ਘਰ ਪਰਾਉਣਾ ਆਇਆ ਸੀ ਉਹ ਥਾਲਾ ਗਰਮਾ ਲਾਇਆ ਉਹਨੇ ਛਾਪੜ 'ਚੋਂ ਕੱਢਿਆ ਗਰਮਾ ਰੇੜ ਪਿਆ ਤਿੰਨ ਭਰਾ ਥੱਲੇ ਆ ਗਏ ਨਹੀਂ ਵੈਸੇ ਹੈ ਬੱਬਰ ਸ਼ੇਰ ਪਹਿਲੇ ਨਾਈਆਂ ਦਾ ਕੰਮ ਕਰਦਾ ਸੀ ਉਹ ਪਿੰਡ ਦੇ ਚੌਜ ਦਾ ਮਰ ਗਿਆ ਪਿਓ ਨੇ ਕਹਿੰਦਾ ਰਾਜਾ ਕੇ ਛੋਲਿਆਂ ਦੀ ਦੇਗ ਤੇ ਪਕਾ ਦੇ ਉਹ ਚਾਰ ਕੁ ਮਹੀਨੇ ਗਿਆ ਕਹਿੰਦਾ ਦੇਖ ਕੇ ਅਸੀਂ ਪੱਕੇ ਕਹਿੰਦਾ ਜੀ ਬਹੁਤ ਅੱਛੀ ਪੱਕੀ ਹੈ ਕਾਸ਼ ਤੁਸੀਂ ਛੋਲੇ ਕਿਤੇ ਰਾਤ ਨੂੰ ਭਿਓ ਦਿੱਤੇ ਹੁੰਦੇ ਨਾ ਉਹਨੇ ਕਿਹਾ ਚਵਲਾ ਸਵੇਰੇ 9 ਵਜੇ ਮੇਰਾ ਪਿਓ ਮਰਨ ਡਿਆ ਮੈਂ ਰਾਤ ਨੂੰ ਪਾਦੀ ਛੋਲੇ ਭਿਓ ਦਿਆ ਚਵਲ ਜੀ ਨਾ ਹੋਵੇ ਤੇ ਇਹਨੇ ਸਟ੍ਰਾਬੇਰੀ ਲਾ ਲਈ ਸਾਰਾ ਦਿਨ ਲਾ ਕੇ ਬੈਠਾ ਰਿਹਾ ਰਾਤ ਨੂੰ ਭੁੱਲ ਗਿਆ ਇਹ ਗਾਹ ਗਾਹ ਕਹਿੰਦਾ ਕੀ ਲਾਇਆ ਕਹਿੰਦਾ ਬੁੱਝੋ ਹੋ ਭਲਾ ਤੂੰ ਪੇਸ਼ ਰਿਹਾ ਤੂੰ ਦੱਸ 10 ਦਿਨ ਜਹਾਜ਼ 'ਚ ਬੈਠਾ ਰਿਹਾ ਜਹਾਜ਼ ਉੱਡਿਆ ਹੀ ਨਹੀਂ ਇੱਥੇ ਮੈਂ ਮਾਡਲ ਟਾਊਨ ਵਾਲੇ 'ਚ ਜਨਾਦੇ ਨਾਲ ਗਿਆ ਉੱਥੋਂ ਵੀ ਮਾਰ ਖਾ ਲਈ ਜਨਾਦੇ ਨਾਲ ਅੱਛਾ ਜਨਾਦੇ ਨਾਲ ਗਿਆ ਉਹਨਾਂ ਨੇ ਮੁਰਦਾ ਕਬਰ 'ਚ ਲਾਇਆ ਇੱਕ ਬੰਦਾ ਕਹਿੰਦਾ ਭਾਜੀ ਮੂੰਹ ਐ ਨੂੰ ਕਰ ਦਿਓ ਕਹਿੰਦਾ ਕਿਉਂ ਜੀ ਕੋਈ ਗੱਲ ਕਰਨੀ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ 20 ਰੁਪਏ ਦਾ ਸਰੋਂ ਦਾ ਤੇਲ ਲਵੋ ਨਾ ਇਹਦੇ ਮੂੰਹ ਵਰਗੀਆਂ 2 ਪੱਲੀਆਂ ਪਾਉਂਦਾ ਉਹ ਕੁੱਪੀ 'ਚ ਐਂ ਕਰਕੇ ਰਾਤੀ ਲੋੜ ਪਏਗੀ ਇਹਦੀ ਸਿਹਤ ਵੇਖ ਇਹੋ ਜਿਹੇ ਬੰਦੇ ਨੂੰ ਬੰਦਾ ਪੁੱਛਿਆ ਨਾ ਕੀ ਗੱਲ ਭਾਜੀ ਬੜਾ ਥੱਕੇ ਹੋ ਕੇਲਾ ਛਿੱਲ ਬੈਠਾ ਸਕੰਜਵੀ ਤੋਂ ਯਾਦ ਆਇਆ ਪਿਛਲੇ ਰੋਜ਼ੇ ਸਕੰਜਵੀ ਵੇਚ ਰਿਹਾ ਅਚਾਨਕ ਪੁਲਿਸ ਦੀ ਗੱਡੀ ਘਬਰਾ ਕੇ ਤੇ ਉਹ ਸਕੰਜਵੀ ਤਰਮਕਣ ਲੱਗ ਪਿਆ ਅੱਲਾ ਪਾਕ ਨੇ ਤੁਹਾਨੂੰ ਅਗਰ ਮਾਲਕ ਮਕਾਨ ਬਣਾਇਆ ਨਾ ਉਹ ਗਰੀਬ ਆਦਮੀ ਉਹਦੀ ਤਨਖਾਹ ਵੇਖੋ 285
ਮੰਨ ਜੋ ਰੋਟੀ ਨਹੀਂ ਜੇ ਖਾਣੀ। ਹਾਂਜੀ ਹਾਂਜੀ। ਅੱਛਾ ਤੇ ਕਦੋਂ ਜਾਣਾ, ਕੀ ਡਿਊਟੀ ਹੈ ਤੁਸੀਂ? ਮੈਂ ਜੀ ਦਿਨੇ ਕੰਮ ਕਰਨਾ। ਅੱਛਾ ਤੇ ਰਾਤ ਨੂੰ ਮੈਂ ਛੁੱਟੀ ਕਰਨਾ। ਅੱਛਾ ਹਾਂਜੀ, ਮੈਨੂੰ ਰਾਤ ਵਾਸਤੇ ਚਾਹੀਦਾ। ਰਾਤ ਵਾਸਤੇ ਤੇ 8000 ਦਿਆਂਗਾ। 8000 ਰੁਪਇਆ ਤੇ ਬਿਜਲੀ ਗੈਸ ਪਾਣੀ ਦਾ ਬਿੱਲ ਲਾਦਾ ਜੀ? ਬਿਜਲੀ ਤੇ ਬਲਨੀ ਹੀ ਨਹੀਂ। ਕੀ ਮਤਲਬ ਹੋ ਗਿਆ ਹਨੇਰੇ ਦਾ ਕੰਮ ਤੇ ਤੂੰ ਨਾਲ ਨਹੀਂ ਹੋਣਾ? ਹੈਲੋ ਜੀ, ਲਿਆ ਲਿਆ ਵਿੱਚ 500 ਵਾਲਾ ਗਿਣ ਗਏ ਹੋ? ਚਲੋ ਦੇ ਦਿਓ, ਹੁਣ ਦੇ ਦਿਓ ਦੇ ਦਿਓ। ਧਿਆਨ ਅਫਤਰ, ਧਿਆਨ ਨਾਲ ਧਿਆਨ ਨਾਲ ਹੈ। ਇੰਨੇ ਤੇ ਹੈ ਹੀ ਨਹੀਂ ਜਿੰਨੇ ਤੂੰ ਗਿਣ ਛੱਡੇ ਹੋ। ਮਾਮਾ 10-10 ਹਾਲੇ ਤੇ ਦੇਣ ਦੇ ਆ। ਉਹ ਪਹਾੜ 1000 ਦਾ ਪਹਾੜ ਆਈ ਆ ਦਈ ਆ। 1000 ਕਿੱਥੇ ਆਈ ਤੇ ਪਹਾੜ ਕਿੱਥੇ ਆਈ? ਸਾਡੇ ਘਰੋਂ ਭੁੱਖ ਨੀ ਜਾਣੀ, ਮਹੀਨੇ ਬਾਅਦ ਕਿਰਾਇਆ ਵੀ ਆਉਂਦੀ ਹੋਣਾ ਜੀ। ਸਰ ਕੀ ਪੇ ਗੱਲ ਕਰ ਰਹੇ ਹੋ ਤੁਸੀਂ? ਟੈਨਸ਼ਨ ਕਿਉਂ ਲੈ ਰਹੇ, ਕੁਛ ਖਾਧਾ ਨੀ? ਕਿੱਥੇ ਜਾ, ਤਿੰਨ ਦਿਨ ਹੋ ਗਏ। ਅਪਰਾਧ ਚੋਰੀ ਹੋਣੇ, ਤੈਨੂੰ ਬਰਗਰ ਬਣਾ ਦਿੰਦੇ। ਬਰਗਰ ਤਿੰਨ ਲਾਣੇ ਨੀ? ਗਰਮ ਹੀ ਆ। ਇੱਕ ਮਿੰਟ ਲਿਫਾਫੇ ਤੋਂ ਤੂੰ ਲਾ ਲੈਣਾ, ਤੂੰ ਆ ਸਿੱਧਾ ਹੀ ਜਾਏਗਾ। ਵਿੱਚ ਸ਼ਾਮੀ ਲਾਇਆ? ਹਾਂਜੀ, ਆ ਵੇਖੋ। ਪਹਿਲੇ ਕਿਸੇ ਵੱਡੇ ਨੂੰ ਖਵਾ ਲਾ, ਜਿਹੜਾ ਥੱਲੇ ਡਿੱਗੇਗਾ ਉਹ ਚੱਟ ਲਏਗਾ। ਕਿੰਨੇ ਖਾਣਾ ਏ? ਇਹਦੇ 3 ਪੀਸ ਕਰਾ, ਉੱਧਰ ਫੜਾ, ਇਹਦੇ 3 ਪੀਸ ਕਰ। ਇਹ ਮੈਂ ਆਪਣਾ ਚੁੱਕ ਲਿਆ ਜੀ, ਬਾਕੀ ਥੱਲੇ ਡਿੱਗ ਪਏ। ਯਾਰ ਮੈਂ ਕਹਿ ਰਿਹਾ ਕਿ ਖਾਨ ਸਾਹਿਬ ਲੋਕੋ, ਤੁਹਾਡੀ ਟੈਨਸ਼ਨ ਵੀ ਵੱਖਰੀ ਹੁੰਦੀ ਹੈ। ਹੁਣ ਰਾਤ ਵਾਸਤੇ ਵੀ, ਦਿਨ ਵਾਸਤੇ ਜੇ ਕੋਈ ਰੱਫੜ ਹੋ ਗਿਆ ਤੇ ਫਿਰ ਮੈਂ ਜ਼ਿੰਮੇਦਾਰ ਨਹੀਂ ਜੀ। ਦੁਨੀਆ ਸਟੇਟ ਵਾਲੇ ਬਾਥਰੂਮ ਵੀ ਚੜ੍ਹੀ ਜਾਂਦੇ ਨੇ, ਤੁਸੀਂ ਮਾਲਕ ਮੇਰੇ ਸਾਹਮਣੇ ਨੇ, ਇੱਕ ਖਲੋਤਾ ਹੈ ਤੇ ਦੋ ਬੈਠੇ ਨੇ ਜੀ। ਬਿਲਕੁਲ ਠੀਕ ਹੈ, ਆਜੋ ਬੈਠੋ ਜੀ, ਬੈਠੋ, ਆਜੋ ਪਹੁੰਚੋ ਜੀ, ਕੋਈ ਘਰ ਆਜੋ, 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 ਪਹੁੰਚੋ, ਪਹੁੰਚੋ ਮੈਡਮ, ਪਹੁੰਚੋ। ਘਰ ਦੇ ਮਾਲਕ ਨੇ ਮੈਡਮ? ਹਾਂਜੀ, ਇਹ ਸਹਿ ਜਿਹੜੇ ਨੇ ਨਾ ਕੋਰਟ ਵਾਲੇ, ਇਹ ਸਰਕਾਰੀ ਨੌਕਰੀ ਕਰਦੇ ਨੇ। ਹਰੀ ਪੀਕਾ ਪਿੱਛੇ ਹੁੰਦੇ ਨੇ, ਛਾਪਰ ਨਾ ਕੋਈ ਥੱਲੇ ਡਿੱਗੇ ਜੀ। ਇੰਨੀ ਗੁਰਬਤ ਹੈ ਕਿ ਤਿੰਨੇ ਭਰਾ ਇੱਕ ਦੂਜੇ ਨੂੰ ਬਰਗਰ ਦੀ ਅੱਖ ਨਾਲ ਵੇਖ ਰਹੇ ਨੇ। ਅੱਛਾ, ਤੁਹਾਨੂੰ ਕਮਰਾ ਚਾਹੀਦਾ? ਹਾਂਜੀ। ਤੇ ਨਾਲ ਕੋਈ ਬੱਚਾ ਵੀ ਚਾਹੀਦਾ ਛਾਵਾਂ ਛੂਵਾਂ ਲਿਆਉਣ ਵਾਸਤੇ? ਮਰੀਜ਼ਾਂ ਦਾ ਫਰੂਟ ਚੁੱਕ ਕੇ ਸਾਨੂੰ ਖਵਾਏਗੀ। ਮੈਂ ਮੌਲਾ ਬੜੇ ਨਾ। ਅੱਛਾ, ਕਿਰਾਇਆ ਕਿੰਨਾ? 15000 ਰੁਪਏ ਜੀ। 15000? ਇਹ ਤਾਂ ਬਹੁਤ ਜ਼ਿਆਦਾ ਹੈ। ਗੁਜਰਾਲੇ ਦਾ ਹੀ ਰੇਟ ਹੈ ਜੀ। ਹੁਣ ਤਾਂ ਮੌਸਮ ਵੀ ਖੁੱਲ ਗਿਆ।
ਕਿਰਾਇਆ ਵੱਧ ਗਿਆ ਹੁਣ ਬੜਾ ਠੰਡ ਦੇ ਯਾਰ ਗੱਲ ਸੁਣੋ ਅੱਲਾ ਨੇ ਅਗਰ ਤੁਹਾਨੂੰ ਮਾਲਕ ਮਕਾਨ ਬਣਾਇਆ ਨਾ ਤੇ ਥੋੜਾ ਸਾਰਾ ਅਹਿਸਾਸ ਕਰੋ ਕਿ ਉਹ ਗਰੀਬ ਔਰਤ ਹੈ ਜਿਸ ਵੇਲੇ ਉਹਦਾ ਗ੍ਰੇਡ ਵਧੇਗਾ ਤਨਖਾਹ ਵਧੇਗੀ ਉਹ ਕਿਰਾਇਆ ਵੀ ਵਧਾ ਦੇਗੀ ਅੱਛਾ ਜੀ ਬਾਜਵਾ ਸਾਹਿਬ 7000 ਤੇ ਕੀ ਡਿਊਟੀ ਹੈ ਤੁਹਾਡੀ ਮੇਰੀ ਰਾਤ ਦੀ ਰਾਤ ਦੀ ਨਹੀਂ ਨਹੀਂ ਅਸੀਂ ਦਿਨ ਵਾਸਤੇ ਚੜਾਉਣਾ ਜੀ ਨਹੀਂ ਤੁਸੀਂ ਰਾਤ ਨੂੰ ਨਹੀਂ ਆ ਸਕਦੇ ਨਹੀਂ ਜੀ ਰਾਤ ਨੂੰ ਜਿਹੜੇ ਪੈਸੇ ਤੇ ਕਿੱਥੇ ਆਉਣ ਦਾ ਗੱਲ ਕਰ ਰਹੇ ਨੇ ਕੰਮ ਨੂੰ ਜਿਹੜੇ ਕੰਮ ਕਰਾਉਣਾ ਕਿਉਂ ਜੀ ਕਿੰਨੇ ਦਾ ਲਾਂਦੇ ਹੋ 5000 ਦਾ 10000 ਦਾ ਇਹ ਡਾਕਟਰ ਪੂਰੀ ਦੁਨੀਆ ਦੇ ਡਾਕਟਰ ਹੋਏ ਨੇ ਜੀ ਹਾਂਜੀ ਜਾਨਵਰਾਂ ਚ ਵੀ ਡਾਕਟਰ ਹੋਏ ਨੇ ਮਸਲਨ ਕੁਕੜੀ ਦਾ ਬੜਾ ਵੱਡਾ ਡਾਕਟਰ ਹੈ ਉਹ ਕੌਣ ਕੁੱਕੜ ਇਸ ਤਰ੍ਹਾਂ ਮੈਂ ਕਹਿੰਦਾ ਜਦੋਂ ਇੱਕ ਪਰ ਜ਼ਮੀਨ ਤੇ ਲਾ ਕੇ ਕੁੱਕੜੀ ਦੇ ਦੁਆਲੇ ਘੁੰਮੇ ਸਮਝੋ ਡਾਕਟਰ ਸਾਹਿਬ ਰੋਡ ਤੇ ਨੇ ਵੇਖੋ ਜੀ ਤੁਸੀਂ ਨਾ 8000 ਲੈ ਲਓ ਨਹੀਂ ਇਸ ਘਰ ਚ ਅਸੀਂ ਪਕਾਨਾ ਨੀ ਜੇ ਵੜਨ ਦਿੰਦੇ ਇਹ ਤਾਂ ਸਾਲਗਿਰਾ ਮਨਾ ਕੇ ਟੁੱਟ ਜਾਂਦੇ ਨੇ ਬਾਥਰੂਮ ਸਾਨੂੰ ਕੱਢਣੇ ਪੈਂਦੇ ਨੇ ਉਧਰ ਘਰੇ ਤੋਂ ਪਰੇਤ ਕਰਨਾ ਜੀ ਉਹ ਸਾਡਾ ਛੋਟਾ ਬੱਚਾ ਨੇ ਜੀ ਉਹ ਸਵੇਰੇ ਉੱਠ ਕੇ ਫਲਾਉਂਦਾ ਫਿਰ ਹਲੇ ਲਿਆਉਣਾ ਹਲੇ ਲਿਆਉਣਾ ਤੁਸੀਂ ਜਿਹੜਾ ਲਿਆਏ ਉਹ ਤੁਸੀਂ ਮੈਨੂੰ ਫੜਾਈਓ ਤੇ ਬਕਾਇਆ ਲੈ ਆਓ ਕੜਾਈ ਲਾਓ ਕਾਲੀ ਮਿਰਚ ਦੀ ਮੈਂ 34 ਲੈਣੇ ਨੇ ਅੰਮੀ ਲੱਭ ਗਈ ਜਾਣਾ ਜੇ ਸਾਰੀ ਜ਼ਿੰਦਗੀ ਪਿਓ ਲੱਭ ਜਾਣਾ ਮੈਨੂੰ ਫੜ ਲਈ ਚੱਲ ਵੀ ਚੱਲ ਗੱਲਾਂ ਨਾ ਕਰ ਨਿੱਕਿਆ ਜੀ ਹਾਏ ਮੈਂ ਮਰ ਜਾ ਕਦੇ ਤੇਰੀਆਂ ਬਾਹਾਂ ਨਾ ਨਾ ਹੁੰਦੀਆਂ ਓਏ ਉਹ ਉਸਤਾਦ ਵਾਵਾ ਮੈਂ ਮਤੈਰ ਜੀ ਬਣਾ ਲੈ ਉਸਤਾਦ ਜੀ ਬੇਟੇ ਜੇ ਇਹਨਾਂ ਦਿਨਾਂ 'ਚ ਮੈਂ ਗਾਇਬ ਹੋ ਗਿਆ ਨਾ ਤੇ ਖੁਸਰੇ ਦੀ ਤਲਾਸ਼ੀ ਜ਼ਰੂਰ ਲੈਣੀ ਬਕਵਾਸ ਨਾ ਕਰ ਅਚਾਨਕ ਨਾ ਖਲੋਇਆ ਕਰ ਕਿਸੇ ਕੋਲ ਭੈਣ ਮੇਰੇ ਆ ਅਕਲ ਚ ਪਾਣੀ ਪੈ ਗਿਆ ਖੋਤੀ ਲਿਦ ਕਰਕੇ ਤੇਰੇ ਮੂੰਹ ਵਰਗਾ ਕੈਮਰਾ ਬਣਾਉਂਦੀ ਹੈ ਮੁੜ ਕੇ ਤੇ ਇੰਨਾ ਸਫ਼ਰ ਕਰਕੇ ਏਅਰਪੋਰਟ ਦੇਣਾ ਹੈ ਤੈਨੂੰ ਨਾ ਰਹਿਣਾ ਕਬਰਸਤਾਨ ਚ ਨੰਗੇ ਮੁਰਦੇ ਉੱਠ ਕੇ ਬਹਿ ਜਾਂਦੇ ਨੇ ਯਾਰ ਲੈ ਸਜ਼ਾ ਦਾ ਤੇ ਜ਼ਿਕਰ ਹੀ ਨਹੀਂ ਸਿੱਖੀ ਤਾਂ ਇਹੋ ਜਿਹਾ ਖੁਦਰਿਆਂ ਨੂੰ ਸਾਰੀ ਜਿਹੜੀ ਬੰਦਾ ਨਾ ਨਾ ਲੱਭੇ ਰਾਤ ਨੂੰ ਸ਼ੀਸ਼ੇ ਅੱਗੇ ਖਲੋ ਕਿਹੜਾ ਆਪਣੇ ਆਪ ਨੂੰ ਐ ਕਰਕੇ ਸੋਚ ਲਿਆ ਮੈਂ ਕਿਹਾ ਉਸਤਾਦ ਅੱਛਾ ਗੱਲ ਸੁਣੋ ਹਾਂ ਤੁਹਾਡੇ ਵਿੱਚੋਂ ਔਰਤ ਕਿੰਨੀ ਕੁ ਦੂਰ ਹੈ ਔਰਤ ਹੀ ਆ ਮੈਂ ਸਮਝ ਆਈ ਆ ਤੇਰੇ ਵਰਗਾ ਮੈਂ ਜੰਮ ਕੇ ਭੁੱਲ ਜਾਂਦੀ ਹਾਂ ਦਿਲ ਕੀਤਾ
ਉਸਤਾਦ ਜੀ ਸਾਡੇ ਨਾਲ ਬਹੁਤ ਜ਼ਿਆਦਤੀ ਹੋਈ। ਤੁਹਾਡੇ ਨਾਲ ਜ਼ਿਆਦਤੀ ਨਾ ਹੋਵੇ ਤੁਸੀਂ ਤੇ ਭੁੱਖੇ ਮਰ ਜਾਓ। ਮਰ ਜਾਣੇ ਮਾਰ ਪਈ ਏ ਫੰਕਸ਼ਨ ਤੇ ਗਏ ਸਾਂ ਤਾਂ ਕਲਾਸ ਕੇ ਗਏ ਆ ਉਤਰੇ ਪਿੰਡੂ ਦੇਸੀ ਪੀ ਕੇ ਸਾਡੇ ਦੁਆਲੇ ਹੋ ਗਏ ਤੇ ਉਹਨਾਂ ਕਮਾਦ ਬੀਜੀ ਜ਼ਿਆਦਤੀ ਵਾਸਤੇ ਸਾਨੂੰ ਕੁਝ ਕਰ ਇਹਦਾ ਪੁੱਤਰ ਦੋ ਚੱਕਰ ਲਾਇਆ ਤੂੰ ਉਤਰੇ ਕੁਝ ਕਹਿਣੇ ਤੇ ਸਾਨੂੰ ਕਹਿਣ ਢੋਲਕੀ ਪਾੜ ਦਿੱਤੀ ਨੇ ਉਸਤਾਦ ਜੀ। ਕਿਸੇ ਦੀ ਢੋਲਕੀ ਨਾ ਪਾਟੇ ਉਹਦੇ ਪੱਲੇ ਕੀ ਰਹਿ ਜਾਏਗਾ ਜੀ ਦੀ ਢੋਲਕੀ ਪਾਟ ਗਈ ਢੋਲਕੀ ਪਾਟੀ ਤੇ ਬੱਚੇ ਕਿਹੋ ਜਿਹੇ ਹੋਏ ਬਈ ਬੰਦੇ ਦੀ ਕਮੀਜ਼ ਪਾੜ ਜੇ ਢੋਲਕੀ ਨਾ ਪਾਟੇ ਹਾਏ ਉੱਤੇ ਚੜਦਾ ਸੀ ਤੇ ਢੋਲੀ ਪਾੜ ਗਈ ਕਿੱਥੇ ਕਿੱਥੇ ਫੰਕਸ਼ਨ ਕੀਤੇ ਉੱਥੇ ਗਏ ਸਾਂ ਘੁਮਿਆਰਾਂ ਵੱਲ ਅੱਛਾ ਸਾਰੀ ਰਾਤ ਨੱਚੀ ਆ ਸਵੇਰੇ ਮੈਂ ਕਿਹਾ ਘੁਮਿਆਰ ਜੀ ਕੁਛ ਲਾਓ ਤੇ ਉਤਰੇ ਸਾਡੇ ਪਿੱਛੇ ਖੋਤਾ ਲਾਤਾ ਖੋਤੇ ਨੇ ਸਾਨੂੰ ਬਹੁਤ ਫੈਂਟੀ ਲਾਈ ਏ ਕਿਉਂ ਜਿਹਦੇ ਨਾਲ ਫੈਂਟੀ ਲਾਈ ਏ ਨਾ ਤੇਰੇ ਕੰਨ ਨਾ ਹੁੰਦੇ ਤੇ ਤੇਰਾ ਮੂੰਹ ਉਂਝਦਾ ਹੀ ਆ ਹੋਰ ਜਟਾਂ ਨਾਲ ਅਸੀਂ ਨੀ ਜਾਂਦੇ ਭਾਈ ਡਾਢੀ ਕੌਮ ਰਜੇ ਹੁੰਦੇ ਕੁੱਟਣ ਲੱਗ ਪੈਂਦੇ ਨੇ ਭੁੱਖੇ ਹੁੰਦੇ ਲੁੱਟਣ ਲੱਗ ਪੈਂਦੇ ਨੇ ਅਸੀਂ ਨੀ ਜਾਂਦੇ ਰਾਣੇ ਵਾਲ ਨੀ ਗਈ ਤੂੰ ਨਹੀਂ ਮੈਂ ਨੀ ਰਾਣਿਆਂ ਨੂੰ ਮੂੰਹ ਲਾਉਂਦੀ ਤਿੰਨ ਮਹੀਨੇ ਰੱਜ ਕੇ ਝੂਠ ਬੋਲੋ ਤੇ ਰਾਣਾ ਤਿਆਰ ਰਾਜਪੂਤ ਨਾ ਅਸੀਂ ਉੱਚੇ ਉੱਚੇ ਫੰਕਸ਼ਨ ਕਰਨੇ ਇਮਰਾਨ ਖਾਨ ਸਾਹਿਬ ਵਜ਼ੀਰ ਆਜ਼ਮ ਨਹੀਂ ਬਣੇ ਇਸਲਾਮਾਬਾਦ ਉਹਨਾਂ ਬੁਲਾਇਆ ਸਾਡਾ ਫੰਕਸ਼ਨ ਕਰਾਇਆ ਅੱਛਾ ਕਰੋੜਾਂ ਅਰਬਾਂ ਰੁਪਏ ਹੋਏ ਨੇ ਉੱਥੇ ਓਏ ਤੇ ਫੇਰ ਇੱਕ ਰੁਪਇਆ ਲੈ ਕੇ ਘਰ ਨਹੀਂ ਪਹੁੰਚੇ ਕਿਉਂ ਰਾਜੀ ਨੈਬ ਵਾਲੇ ਵੀ ਪੁਆਤੇ ਨੇ ਤੇ ਚੋਰੀ ਸ਼ੁਜਾ ਸਾਹਿਬ ਵੱਲ ਗਏ ਹਾਂ ਉਹ ਪਸੀਨੇ ਅਸੀਂ ਉੱਥੇ ਬਹਾਏ ਨੇ ਅੱਛਾ 12 ਘੰਟੇ ਮੁਸਲਸਲ ਨੱਚੇ ਆ ਤੇ ਅਸੀਂ ਕਿਹਾ ਚੋਰੀ ਸਾਹਿਬ ਸਾਡੀ ਜੇਬ 'ਚ ਵੀ ਕੁਝ ਪਾਓ ਕਹਿੰਦੇ ਨੇ ਮਿੱਟੀ ਪਾਓ ਮਿੱਟੀ ਪਾਓ ਮਿੱਟੀ ਮੈਂ ਪਹਿਲਾਂ ਤੇ ਆਖਰੀ ਫੰਕਸ਼ਨ ਸਾਰੀ ਰਾਤ ਨੱਚ ਕੇ ਉਹਨਾਂ ਨੂੰ ਖੁਸ਼ ਕੀਤਾ ਮੈਂ ਕਿਹਾ ਸ਼ੇਖ ਸਾਹਿਬ ਸਾਨੂੰ ਵੀ ਖੁਸ਼ ਕਰੋ ਉਤਰਾ ਵੱਡਾ ਕੱਛਾ ਪਾ ਕੇ ਆਪ ਨੱਚਣ ਲੱਗ ਪਿਆ ਕੁਰਬਾਨੀ ਕੀਤੀ ਜੇ ਲੇਲੇ ਦੀ ਕੁਰਬਾਨੀ ਤਾਂ ਨੀ ਕੀਤੀ ਚੁੱਲੇ ਦੇ ਵਿੱਚੋਂ ਕੋਲਾ ਚੁੱਕਿਆ ਕੰਨ ਤੇ ਲੇਲਾ ਬਣਾਇਆ ਤੇ ਗਲੇ ਚੋਂ ਇੱਟ ਕੱਢ ਦਿੱਤੀ ਕੁਰਬਾਨੀ ਹੋ ਗਈ ਤੁਹਾਡੀ ਤੇ ਪਾਕ ਹੋਣ ਦੀ ਨੀਅਤ ਵੀ ਵੱਖਰੀ ਸਾਡੇ ਤੋਂ ਉਹ ਕੀ ਇਹ ਕਹਿੰਦੇ ਨੇ ਅੰਤ ਖੁਸਰਣ ਮੰਤ ਖੁਸਰਣ ਖੁਸਰਣ ਮੇਰਾ ਛੱਲਾ ਸਭ ਗੁਨਾ ਮੈਨੇ ਕੀਏ ਬਖਸ਼ੇ ਮੇਰਾ ਅੱਲਾ ਗੁਰੂ ਜੀ ਮੈਂ ਪਾਕ ਹੋ ਗਈ ਇਹਨਾਂ ਨੂੰ ਸਾਰੀ ਦਿਹਾੜੀ ਗਾਹਕ ਨਾ ਲੱਭੇ ਪਿਸ਼ੌਰ ਵਾਲ ਕੰਡ ਕਰਕੇ ਸੌਂ ਜਾਂਦੇ ਖੁਸਰੇ ਵੀ ਆਪਣੀ ਜ਼ਿੰਦਗੀ ਨੂੰ ਸਹੀ ਇੰਜੋਏ ਕਰਦੇ ਨੇ ਬੰਦਾ ਨਾ ਲੱਭੇ ਤੇ ਕੰਮ ਵਾਲੀ ਥਾਂ ਤੇ ਨਿੰਬੂ ਨਿਚੋੜ ਕੇ ਠੰਡ ਪਵਾ ਕੇ ਮੇਰੀ ਬੱਚੀ ਬਾਹਰ ਖਲੋਤੀ ਮੈਂ ਭੁੱਲ ਹੀ ਗਈ ਹਾਂ ਬੱਚੀ ਛੱਡੋ ਬੇਟਾ ਅੱਜ ਕੱਲ ਬਹੁਤਾ ਨੀ ਹਲਾਈ ਦਾ ਬੱਚਿਆਂ ਨੂੰ ਜ਼ੁਕਾਮ ਲੱਗ ਜਾਂਦਾ ਫਿਰ ਢੋਲਕੀ ਕਿੱਥੇ ਆਈ ਹਾਂਜੀ ਜਦੋਂ ਪਾਠ ਕੀ ਸਾਡੇ ਕੋਲ
ਓਏ ਢੋਲਗੀ ਦੇ ਤੇ ਬੇੜੇ ਗਰਕ ਹੋ ਗਏ ਨੇ ਭਾਈ। ਓ ਤੇਰੀ ਮਾਂ ਤੂੰ ਕਿਹੜੀ ਢੋਲਗੀ ਵੇਖਣ ਦੇ ਆ? ਓਏ ਓਏ ਤੇਰੇ ਆ ਪੁੱਤਰਾ ਬਗੈਰਤਾ ਮੇਰਾ ਵੀ ਧਿਆਨ ਪਾਉਣ ਦੇ ਆ। बेटे तू सैर चेंज कर ले जी। शराबी ने पाड़ी है जी। सानू क्यों सजा देन लगा? शराबी ने पाड़ी? हाँ एदा तो सहज ही नहीं हुंदा। ਬਾਹਰ ਨਿਕਲਿਆ ਲੋਕਾਂ ਸਮਝਣ ਵਾਪਸ ਚੱਲਦਾ। ਹੱਲ ਤੁਸੀਂ ਦੋ ਕੁ ਮਿੰਟ ਠਹਿਰ ਜਾਓ, ਸਰਦੀਆਂ ਦਾ ਸੀਜ਼ਨ ਹੈ, ਆਂਡੇ ਲਾ ਲਓ। ਫਿਰ ਤੇ ਬੇੜੇ ਗਰਕ ਹੋਣਾ ਹੀ ਸਾਨੂੰ ਜੀ। ਤੂੰ ਕਿਹੜੀਆਂ ਗੱਲਾਂ? ਆਹਾ ਅੱਛਾ ਜੀ, ਪਹਿਲੇ ਹੀ ਇੰਤਜ਼ਾਮ ਕੀਤਾ ਹੈ। ਲੇਕਿਨ ਚੋਰਸ ਪਹਿਲੀ ਵਾਰੀ ਵੇਖਿਆ ਪੀਤੀ ਸੀ ਤੇ ਉਹਨਾਂ ਨੇ ਨਸ਼ੇ ਦੇ ਵਿੱਚ ਕਿੱਲੇ ਦੇ ਉੱਤੇ ਹੀ ਮਾਰੀ ਜੇ। ਮੇਰੇ ਨਾਲ ਕਰ ਲੈ ਜਿਹੜੀ ਕਰਨੀ। ਇੱਕ ਮਿੰਟ ਮੈਂ ਸਿਰਫ ਪੁੱਛ ਲਿਆ ਇੱਧਰੋਂ ਪੁੱਛਣਾ ਕਿ ਦੁੱਜ ਲੇਬੀਆਂ ਦਾ ਕੋਈ ਫਾਇਦਾ ਵੀ ਹੈ? ਕਿਵੇਂ ਗੱਲਾਂ ਬਣੀਆਂ ਨੇ? ਅੱਗੋਂ ਡਰਾਮਾ ਨਾ ਟੋਰਾ। ਮੈਂ ਮੇਰੀ ਧੀ ਹੈ, ਮੇਰੀ ਧੀ ਹੈ ਤੇ ਅੱਗੋਂ ਡਰਾਮਾ ਕਿਹਦਾ ਕਰਨਾ? ਜਿੱਦਾਂ ਤੂੰ ਸੋਹਣਾ, ਦੋ ਮਿੰਟ ਦੀ ਤੇ ਗੱਲ ਹੈ। ਕਿੰਨੇ ਮਿੰਟ ਦੀ? ਦੋ ਮਿੰਟ ਦੀ। ਤੇਰੀ ਸ਼ੂਗਰ ਆ? ਤੇਰੀ ਇਸ ਗੱਲ ਨੇ ਕਈ ਬੰਦਿਆਂ ਵਿਚਾਰੇ ਦੇ ਦਿਲ ਖੱਟੇ ਕਰਦੇ ਨੇ। ਓਏ ਮੈਨੂੰ ਵੀ ਸ਼ੂਗਰ। ਛੱਡ ਉਹਨਾਂ ਨੂੰ, ਜਿੱਦਾਂ ਤੂੰ ਸੋਹਣਾ ਨਾ। ਹਾਂਜੀ ਮਰ ਜਾਣੇ, ਸਿਰਫ ਸੁਰਖੀ ਲਾ ਲਵੇ ਤੇ ਰੋਜ਼ 2000 ਕਮਾਵੇ। ਉਂਜੀ ਅੱਲਾ ਇਹਨੇ ਦੇਖ ਲਿਆ, ਜ਼ਰੂਰ ਮੈਂ ਪੁੱਠੀ, ਜ਼ਰੂਰ ਮੈਂ ਪੁੱਠੀ ਤਕਲੀਫ ਲੈਣੀ ਹੈ। ਹਾਂ ਅੱਛਾ ਇੱਧਰ ਵਾਲਾ ਘਾਹ ਵੱਢਣਾ ਜੀ, ਇਹ ਛੱਡ ਦਈਏ। ਮੇਰੀ ਗੱਲ ਸੁਣ, ਮੈਂ ਖੁਸਰੇ ਲੰਮੇ ਪਾਉਣਾ, ਉਹ ਉੱਥੇ ਸਹੀ ਸਫਾਈ ਕਰਦਾ। ਖੁਸਰਿਆ ਇੱਥੇ ਟਾਈਮ ਲੱਗਣਾ, ਚੱਲ ਫਿਰ ਅੰਦਰ। ਦੱਸੋ ਅੱਜ ਨਾ ਮੈਨੂੰ ਕੁਛ ਕਹੀਂ। ਕਿਉਂ? ਮੇਰੇ ਘਰ ਵਾਲੇ ਆਏ ਔਤਰਾ, ਮੈਨੂੰ ਦਰਬਾਰ ਦਾ ਕਹਿ ਕੇ ਆਪ ਇੱਥੇ ਕੁੜੀਆਂ ਵੇਂਦਾ ਰਹਿੰਦਾ। ਕੋ ਸ਼ਰਮ ਕਰ ਕਬੀਰਾ, ਗਨਾਹ ਕਰ ਰਹੇ। ਸਲਾਮ ਵਾਲੇਕੁਮ। ਅਸਲਾਮ, ਮੈਨੂੰ ਪਛਾਣਿਆ? ਨਹੀਂ। ਇਸ ਲਈ ਮੈਂ ਕਹਿੰਦਾ ਸਾ ਬੱਤੀ ਬਲਦੀ ਰਹਿਣ ਦਿਓ। ਕੌਣ ਘਰ ਆਇਆ ਗਿਆ ਪਤਾ ਲੱਗਦਾ ਰਹਿੰਦਾ। ਅਸਲ ਚ ਨਾ ਜੀ, ਤੁਸੀਂ ਮੈਨੂੰ ਬਹੁਤ ਅੱਛੇ ਲੱਗੇ ਹੋ ਤੇ ਮੈਂ ਨਾ ਤੁਹਾਡੇ ਨਾਲ ਸ਼ਾਦੀ ਕਰਾਂਗਾ। ਹੈਲੋ, ਹਾਂਜੀ ਖਬਰਦਾਰ, ਅਗਰ ਮੈਨੂੰ ਹੱਥ ਲਾਇਆ। ਕਿਉਂ? ਮੈਂ ਤੇਰੇ ਟੋਟੇ ਟੋਟੇ ਕਰ ਦੇਣੇ ਨੇ। ਮੈਨੂੰ ਪਤਾ ਹੀ ਇਹਨੇ ਕਿਹੜਾ ਟੋਟਾ ਸੰਭਾਲ ਕੇ ਰੱਖਣਾ ਹੈ। ਕਿਹੜਾ? ਕਿਹੜਾ? ਉਹ ਬਾਸਮਤੀ ਦਾ ਟੋਟਾ, ਪੱਕ ਕੇ ਫੁੱਲਦਾ। ਤੂੰ ਐਡੇ ਸੋਹਣੇ ਜਵਾਨ ਦੇ ਜ਼ਰੂਰ ਟੋਟੇ ਕਰ ਲੈਣੇ ਤੇ ਜੇ ਤੈਨੂੰ ਟੋਟਾ ਹੀ ਲਾਵੀਏ ਤੇ ਫੇਰ। ਤੇ ਜੇ ਮੈਂ ਤੁਹਾਨੂੰ ਇਹਦੇ ਤੋਂ ਵੀ ਛੋਟਾ ਦੇ ਦਿਆਂ ਤੇ? ਮੇਰੀ ਗੱਲ ਸੁਣੋ, ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਕਿ ਬਦਤਮੀਜ਼ੀ ਨਾ ਕਰ, ਬਦਤਮੀਜ਼ੀ ਨਾ ਕਰ। ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨੀਂਦਿਆ ਬੱਚੇ ਆ, ਤੂੰ ਤੇ ਕਹਿ ਰਿਹਾ ਮੈਂ ਘਰੋਂ ਰੱਜ ਕੇ ਆਇਆ ਹੈ।
ਤੁਸੀਂ ਲੜਾਈ ਥੱਲੇ ਵੇਖ ਕੇ ਲੜੋ, ਤੁਹਾਡੀ ਲੜਾਈ ਲੜਾਈ ਚ ਉਹ ਵੱਖਰਾ ਹੀ ਮਮਤਾ ਚ ਘੁਲ ਮਿਲ ਰਿਹਾ। ਚਵਲ ਜਿਹਾ ਜੀ ਬੇਟੇ, ਮੈਨੂੰ ਕਿਉਂ ਲੱਗਦਾ ਮਾਂ ਤੋਂ ਇਹਦੇ ਤੋਂ ਪਹਿਲੇ ਮਾਂ ਰਗੜੀ ਜਾਣੀ ਹੈ। ਚੱਲ ਵੇ ਚੱਲ, ਗੱਲਾਂ ਹੀ ਨੇ ਇਹਨੂੰ ਇਹ ਨੀ ਪਤਾ ਛੱਤ ਤੇ ਬਾਲੇ ਕਿੰਨੇ ਨੇ, ਕੀੜੀਆਂ ਪੁੱਛ ਲਓ ਕਿੰਨੀਆਂ ਨੇ, ਉਹ ਦੱਸ ਦੇਗਾ 100 ਕੀੜੀ ਲੰਘੀ, ਕਿਉਂਕਿ ਧਿਆਨ ਹੀ ਥੱਲੇ ਵੇ। ਚੱਲ ਵੇ ਚੱਲ ਉਤਰੇ, ਇਹਨਾਂ ਨੇ ਤਾਂ ਸੁਣਿਆ ਹੁੰਦਾ ਬਾਹਰ ਬਾਰਿਸ਼ ਪੈ ਰਹੀ ਹੈ, ਧਿਆਨ ਹੀ ਥੱਲੇ ਹੁੰਦਾ ਕਿ ਬਾਰਿਸ਼ ਪੈ ਰਹੀ ਬਾਹਰ। ਮੈਨੂੰ ਪੀਰਾਂ ਨੇ ਮਨਾ ਨਾ ਕੀਤਾ ਹੁੰਦਾ ਤੇ ਮੈਂ ਖੁਸਰਾ ਉਤਰਿਆ ਕਿਸੇ ਖੋਤੀ ਦੇ ਆ ਬੱਚਿਆ, ਕੰਮ ਠੀਕ ਹੈ ਲੇਕਿਨ ਮੈਨੂੰ ਨਾ ਨਜ਼ਾਇਆ ਕਰਦੇ, ਪਤਾ ਲੱਗੇ ਮੰਮੀ ਇਹ ਕਿਵੇਂ ਖੁਸਰਾ ਆਇਆ। ਚੰਗਾ ਭਲਾ ਸੀ ਨੀ ਸ਼ਾਜ਼ਮ ਮਿਰਜ਼ਾ, ਉਹ ਸੀ ਇਹ ਹੁਣ ਖੁਸਰਾ ਹੋਇਆ। ਕਿਵੇਂ ਹੋਇਆ? ਉਹ ਬਰਫ਼ ਵਾਲਾ ਫੱਟਾ ਨੀ, ਬਰਫ਼ ਵਾਲਾ ਫੱਟਾ, ਇਹ ਬਰਫ਼ ਵੇਚਦਾ ਸੀ। ਅੱਛਾ, ਉਹ ਬਰਫ਼ ਦੇ ਬਲਾਕਾਂ ਦੇ ਉੱਤੇ ਬੋਰੀ ਰੱਖ ਕੇ ਬੈਠਾ ਰਹਿੰਦਾ ਸੀ, ਉਹ ਪਤਾ ਹੀ ਨੀ ਲੱਗਾ ਕਿਹੜੇ ਵੇਲੇ ਠੰਡ ਚੜ ਗਈ ਸੀ। ਜਦੋਂ ਠੰਡ ਚੜੀ ਹੈ ਉੱਠ ਕੇ ਗਾਣਾ ਗਾਣ ਲੱਗ ਪਿਆ, ਤਬਦੀਲੀ ਆਈ ਏ। ਮੈਡਮ ਜੀ, ਆਪ ਵੈਸੇ ਕਰਤੀ ਕਿਆ ਹੈ? ਜੀ ਅਸਲ ਚ ਨਾ ਇਹ ਮੇਰੀ ਮਾਂ ਜੀ ਨੇ। ਇੱਕ ਮਿੰਟ, ਅੱਛਾ ਤੂੰ ਮੈਨੂੰ ਕਿਉਂ ਅਹਿਸਾਸ ਦਵਾ ਰਿਹਾ ਕਿ ਤੂੰ ਖੁਸਰਾ ਨਹੀਂ ਹੈਗਾ? ਚੇਵਲ ਜੀ ਹੈ, ਮੈਨੂੰ ਪਤਾ, ਚੱਲ ਉੱਧਰ ਤੂੰ। ਜੀ ਮੈਡਮ, ਆਪ ਕਰਤੀ ਕਿਆ ਹੈ? ਡਾਂਸ। ਥੋੜਾ ਸਿਰ ਇੰਜ ਕਰੋਗੇ? ਜੀ ਇੰਜ ਲੱਗਦਾ ਜਿਵੇਂ ਫਿਉਣੀਆਂ ਰੱਖੀਆਂ ਸਿਰ ਤੇ। ਵੈਸੇ ਡਾਂਸ ਕਰਦੇ ਹੋ? ਜੀ ਅਸੀਂ ਆਰਟਿਸਟ ਹੈਗੇ ਆ। ਇਹ ਮੇਰੀ ਮਾਂ ਜੀ ਨੇ, ਇਹਨਾਂ ਨੇ ਮੈਨੂੰ ਲੈ ਕੇ ਮਾਂ ਜੀ ਕੀ ਕੀਤਾ ਸੀ, ਇਹ ਡਾਂਸ ਸਿਖਾਇਆ ਪਾਲ ਕੇ। ਹਾਂ ਪਾਲ ਕੇ। ਜਿਹੜੇ ਆਪਣ ਖਾਇਆ ਹੋਣਾ ਉਹ ਕੀ ਹੋਣਾ ਹੈ? ਉਤਰਿਆ ਕੀੜੀ ਦੇ ਨਾਲ ਦੀ ਨਹੀਂ, ਜ਼ਰੂਰ ਉਹਦੇ ਸਟੈਪ 'ਚ ਕੀੜੀਆਂ ਜ਼ਰੂਰ ਗਿਣੀਆਂ ਜਾ ਰਹੀਆਂ ਹੋਣਗੀਆਂ। ਜੀ ਆਪ ਦਾਸ ਕਰਤੀ? ਜੀ ਜੀ। ਕਿਸ ਤਰ੍ਹਾਂ ਮੈਡਮ ਜੀ? ਮਾਂ ਜੀ ਇਜਾਜ਼ਤ ਦੇ। ਬਿਸਮਿਲ੍ਲਾ, ਥੱਲੇ ਹੀ ਅੱਖ ਰੱਖ, ਮਾਂ ਦੀ ਅੱਬਾ ਨਾ ਨਾ ਜਗਾ ਦੇਈਂ, ਤੇਰਾ ਮੈਨੂੰ ਕੁਛ ਕਰਨਾ ਹੀ ਪੈਣਾ ਹੈ। ਤੇਰੇ ਵਰਗੇ ਨਾਲ ਅਸੀਂ ਟੁਰ ਵੀ ਜਾਈਏ ਤੇ ਦੂਜੇ ਪਾਸੇ ਮੂੰਹ ਕਰਕੇ ਪੈ ਜਾਂਦਾ। ਅੱਛਾ, ਇਹੋ ਜਿਹੇ ਖੁਦਰੇ ਨੂੰ ਬੰਦਾ ਲੈ ਜਾਂਦਾ ਰਾਤ ਦੇ 2:30-3 ਵਜੇ, ਕੋਈ ਬੰਦਾ ਤੁਹਾਨੂੰ ਦਿਓ, ਮੈਨੂੰ ਬਚਾਓ, ਮੈਨੂੰ ਬਚਾਓ। ਜੀ ਜੀ ਥੋੜਾ ਡਾਂਸ ਕਰਕੇ ਦਿਖਾਵਾਂ, ਥੋੜਾ ਕੀ ਆਂਦਾ ਜੀ? ਥੋੜਾ ਜੀ ਕਰ ਦਿਓ। ਓਕੇ, ਅਸੀਂ ਲਾ ਲਾ ਕੇ ਖਾ ਲਾਂਗੇ। ਸਿੱਧਾ ਹੋ ਜਾ, ਅੱਜ ਨਹੀਂ ਉਹਨੇ ਆਉਣਾ। ਅੱਛਾ ਤੁਸੀਂ ਵੀ ਅਸੀਂ ਆ। ਜੀ ਮੈਡਮ, ਜੀ ਹਾਂਜੀ, ਸਭ ਤੋਂ ਪਹਿਲਾਂ ਦੇਖੋ ਇੰਚ ਕਰਨਾ, ਠੀਕ ਹੈ ਜੀ? ਠੀਕ ਹੈ, ਇੰਚ ਕਰਕੇ ਜੰਪ ਤੇ ਹਲਕਾ ਜਿਹਾ ਇੰਚ, ਦੁਬਾਰਾ ਜ਼ਰਾ ਕਰਕੇ ਨਾ, ਤੇ ਇੱਥੇ ਇੱਕ ਕਰਕੇ ਜ਼ਰਾ 2 ਮਿੰਟ ਸਟੇ ਕਰਨਾ ਤੁਸੀਂ, ਅਸੀਂ ਉੱਤਰ ਕੇ ਕੋਈ ਸਿਗਰਟ ਸੁਗਰ ਲੈ ਕਰਦੇ। ਮੈਨੂੰ ਜ਼ੁਕਾਮ ਹੈ, ਮੈਂ ਭਾਫ ਲੈ ਲਾ। ਅੱਛਾ ਮੈਡਮ, ਫਿਰ ਇੱਕ ਵਾਰੀ ਕਰ ਲਾ ਜੀ, ਤੀਸਰੀ ਬੈਠਕ। ਓਕੇ, ਇੰਚ ਇੰਚ ਇੰਚ। ਅੱਛਾ ਮੇਰੇ ਕੋਲ 50 ਰੁਪਏ ਤੇ 30 ਰੁਪਏ ਦਾ ਇਹ ਕਰਦੇ ਹੋ ਤੇ 20 ਰੁਪਏ ਦਾ ਇਹ ਪਾ ਦੇ ਹੋ ਤੇ ਛਾਪਰ ਡਬਲ ਕਰਦੇ ਆ ਜੀ, ਹੈ ਤੁਹਾਡੀ ਮਿਹਰਬਾਨੀ ਹੈ, ਛਾਪਰ ਡਬਲ ਕਰਾ ਦਈਏ ਤੇਰੇ। ਹਾਂਜੀ ਹਾਂਜੀ, ਅੰਨੀ ਦਾ ਬੱਚਾ ਨਾ ਹੋਵੇ ਤੇਰੇ। ਹਾਂ, ਰਾਤ ਨੂੰ 3 ਵਜੇ ਮੈਨੂੰ ਇਹਦਾ ਫੋਨ ਆਇਆ, 5 ਮੇਰੇ ਘਰ ਆਓ, ਮੈਂ ਕਿਹਾ ਖੈਰ ਬਸ ਆ ਜਾਓ, ਮੈਂ ਸਵੇਰੇ 4 ਵਜੇ ਪਹੁੰਚਿਆ, ਮੈਂ ਕਿਹਾ ਖੈਰ, ਕਹਿੰਦਾ ਫਰਿੱਜ ਲਈ ਉਤਲੇ ਖਾਣੇ 'ਚੋਂ ਬਰਫ਼ ਵਾਲਾ ਕੌਲਾ ਤਾਂ ਕੱਢ ਦਿਓ। ਅੱਛਾ ਮੈਡਮ, ਆਪ ਡਾਂਸ ਕਰਤੀ ਹੈ? ਜੀ। ਇੱਥੇ ਆ ਜੀ ਇੱਕ ਸਟੈਪ ਜੀ। ਓਕੇ, ਐਚ ਨਹੀਂ, ਭਾਵੇਂ ਮੂੰਹ ਤੁਸੀਂ ਉੱਧਰ ਕਰ ਲਓ, ਖੈਰ ਥੋੜ੍ਹਾ ਜਿਹਾ ਕਰ ਦਿਓ, ਮੇਰੇ ਨਾਲ ਬੱਚਾ ਹੈਗਾ, ਮੇਰੇ ਨਾਲ ਫੈਮਿਲੀ ਹੈ। ਓਕੇ, ਕੰਮ ਤੇ ਉਹ ਜਿਹੜਾ ਅਲਹਮਦੁਲਿਲਾ ਤਗੇ ਦਾ ਨਹੀਂ, ਉਹ ਯਾਰ ਤੁਸੀਂ ਕੀ ਡੱਡੂ ਦੀ ਭੈਣ ਲੈਣੀ ਕੀਤੀ ਯਾਰ, ਸਮਝਾਣਾ ਮੈਂ ਤੁਹਾਨੂੰ ਗੱਲ, ਵੱਡੀਆਂ ਗੱਡੀਆਂ ਵਾਲੇ ਖਮੋਸ਼ ਬੈਠੇ, ਜਦੋਂ ਬੋਲੇਗਾ ਚਾਨਣ ਵਾਲਾ ਬੋਲੇਗਾ।
ਰੋਟੀ ਦੀ ਬਿਲਕੁਲ ਟੈਨਸ਼ਨ ਨਹੀਂ ਲੈਣੀ ਹੈ ਜਵਾਨ ਬੱਚੀ ਕਿਸੇ ਦੀ ਅਲੱਗ ਹੈ। ਹੁਣ ਤੇਰੇ ਨਾਲ ਬੰਦਾ ਕੀ ਗੱਲ ਕਰੇ, ਤੂੰ ਤੇ ਆਪਣਾ ਲੈ ਆਈ। ਉਮਰ ਬੜੀ ਹੋ ਗਈ, ਹੁਣ ਨਹੀਂ ਹੁੰਦਾ। ਹੁਣ ਤਾਂ ਸਾਰੇ ਨਾਲ ਹੀ ਆ, ਉੱਠ ਪਏ ਤੇ ਉੱਠ ਪਏ ਭੱਠੀ। ਉਹਨਾਂ ਨੇ ਖਲੋਤਾ ਹੀ ਲੈਣਾ ਬਈ। ਜੀ ਰਾਮ ਵੱਡੇ ਖਾਨ ਸਾਹਿਬ, ਤੁਸੀਂ ਹੋ? ਆ ਨਲਕਾ ਲੱਗਾ ਹੈ। ਮੈਂ ਤੁਹਾਡੇ ਬਾਰੇ ਬਹੁਤ ਜ਼ਿਆਦਾ ਸੁਣਿਆ, ਮੈਂ ਸੁਣਿਆ ਕਿ ਤੁਸੀਂ ਬਹੁਤ ਜ਼ਿਆਦਾ ਅੱਛੇ ਗੁਲੂਕਾਰ ਹੋ। ਆਏ ਕਿੱਥੋਂ ਜੇ? ਆਰਟੀਵੀ ਚੈਨਲ ਦੀ ਤਰਫੋਂ। ਕਿਉਂ ਆਏ? ਅਸੀਂ ਕਿਹਦੇ ਤੁਹਾਡੇ ਲਾਏ ਆ ਹੈ? ਕੀ ਮਤਲਬ? ਮਤਲਬ ਅਸੀਂ ਤੁਹਾਡਾ ਇੰਟਰਵਿਊ ਲੈਣ ਵਾਸਤੇ ਆਏ ਆ। ਉਹ ਤਾਂ ਮੈਂ ਪਾਇਆ ਨਹੀਂ ਅੱਜ, ਨਾਲੇ ਮਾਫੀ ਚਾਹੁੰਦਾ, ਤੁਹਾਨੂੰ ਪੂਰਾ ਵੀ ਨਹੀਂ ਆਉਣਾ। ਤੁਸੀਂ ਮੇਰੀ ਗੱਲ ਸਮਝ ਨਹੀਂ ਰਹੇ ਅਸਲ 'ਚ। ਇੰਟਰਵਿਊ? ਹਾਂ ਇੰਟਰਵਿਊ। ਬਨੈਣ ਦੇ ਘਰ ਵਾਲਾ? ਬਨੈਣ? ਮੇਰਾ ਵੀ ਗਵਾਚਿਆ ਸੀ ਨਾ। ਹੈਲੋ, ਅਸਲਾਮ ਅਲੈਕੁਮ। ਇਹ ਕੀ ਕਰਨ ਲੱਗਾ ਜੀ? ਇਹ ਕੀ ਟੀਵੀ ਟੀਵੀ ਚੈਨਲ ਦੀ ਤਰਫੋਂ ਤੁਹਾਡਾ ਇੰਟਰਵਿਊ ਲੈਣ ਵਾਸਤੇ ਆਇਆ? ਉਹ ਤਾਂ ਮੈਂ ਹੁਣੇ ਧੋਤਾ ਜੀ, ਹਾਲੇ ਸਰਫ ਵੀ ਪਾ ਕੇ ਆਇਆ। ਉਹ ਬੰਦਾ ਵੀ ਹੁਣੇ ਗਿਆ ਜਿਹਨੇ ਗੰਦਾ ਨਹੀਂ ਕੀਤਾ। ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ, ਤੁਹਾਡਾ ਇੰਟਰਵਿਊ ਲੈਣ ਵਾਸਤੇ ਆਇਆ। ਤੁਸੀਂ ਇਹ ਦੱਸੋ ਕਿ ਇਹ ਇੱਥੇ ਹੀ ਲੈਣਾ ਕਿ ਅੰਦਰ ਚਲੀਏ? ਅੰਦਰ? ਉਹ ਗੱਲ ਨਹੀਂ ਹੈ। ਅੱਛਾ, ਉਹ ਗਲਤ ਸਮਝ ਰਹੇ ਹੋ। ਅੱਛਾ, ਤੁਸੀਂ ਕੰਮ ਤੇ ਨਹੀਂ? ਕੰਮ? ਕੁੱਤੇ ਦੇ ਪੁੱਤਰਾ, ਕੀ ਗੱਲ ਹੈ ਫਿਰ? ਅੰਨੀ ਦੇ ਕੰਮ ਤੇ ਹੈ, ਕੀ ਕਰ ਰਹੀ ਹੋ? ਔਰ ਅੱਛਾ, ਟੀਵੀ 'ਚ ਮੈਂ ਆ ਰਿਹਾ। ਸਹੀ ਬਣਾ ਓਏ। ਹਾਂ, ਤੁਸੀਂ ਇਹ ਦੱਸੋ ਤੁਹਾਡੇ ਘਰ ਦੇ ਕੀ ਹਾਲਾਤ ਨੇ? 3 ਦਿਨ ਹੋਏ ਨੇ ਰੋਟੀ ਖਾਧੇ। ਬਾਜੀ, ਜੇ ਮੇਰਾ ਇੰਟਰਵਿਊ ਲੈਣਾ ਨਾ ਤਾਂ ਮੈਨੂੰ ਨਾਨ ਟਿੱਕੀ ਲਿਆ ਦੇ। ਇਹ ਤਾਂ ਬਹੁਤ ਬੁਰੇ ਹਾਲਾਤ, ਤੁਸੀਂ ਦੱਸੋ ਖਾਨ ਸਾਹਿਬ। ਇੰਨੀ ਗੁਰਬਤ? ਹਾਂ, ਅਸੀਂ ਇੱਕ ਵਾਰੀ ਮੱਛੀ ਖਾ ਕੇ 2 ਸਾਲ ਪਾਣੀ ਨਹੀਂ ਪੀਤਾ, ਵੀ ਤਰ ਕੇ ਬਾਹਰ ਨਾ। ਬਹੁਤ ਜ਼ਿਆਦਾ ਜ਼ੁਲਮ ਹੈ ਤੁਹਾਡੇ ਨਾਲ। ਤੁਸੀਂ ਇੰਨੇ ਅੱਛੇ ਗੁਰੂਕਾਰ ਹੋ ਤੇ ਫਿਰ ਕਿਉਂ ਤੁਹਾਡੇ ਨਾਲ ਸਭ ਕੁਝ ਹੋ ਰਿਹਾ ਹੈ? ਬਸ ਜੀ, ਤੁਹਾਨੂੰ ਕੀ ਦੱਸੀਏ, ਮੂੰਹ ਹੈ ਨਾ ਗਾਇਕੀ ਵਾਲੇ। ਨਹੀਂ ਨਹੀਂ ਖਾਨ ਸਾਹਿਬ, ਤੇ ਹੁਸਨ ਤੇ ਬਹੁਤ ਜ਼ਿਆਦਾ ਹੈ। ਜਾਂ ਤਾਂ ਤੂੰ ਅੰਨੀ ਹੈ ਜਾਂ ਤੈਨੂੰ ਹਬਸੀ ਪਸੰਦ ਨੇ। ਇਹ ਜਿਹੜਾ ਕਾਲਾ ਤੁਸੀਂ ਸਮਝ ਰਹੇ ਹੋ ਨਾ, ਇਹ ਉਹ ਨਹੀਂ ਹੈ, ਦੇਸੀ ਕਾਲਾ ਹੈ। ਅੱਛਾ, ਹੋਰ ਤੁਹਾਡੇ ਘਰ 'ਚ ਕੌਣ ਕੌਣ ਹੈ? ਸਾਡੇ ਘਰ 'ਚ ਜੀ ਜਿਹੜਾ ਵੀ ਹੈ ਨਾ, ਭੁੱਖਾ ਹੀ ਹੈ ਬਸ। ਇੰਨੇ ਅੱਛੇ ਸਿੰਗਰ ਹੋ ਕੇ ਅਸੀਂ ਫਰੂਟ ਕਦੀ ਨਹੀਂ ਖਾਧਾ। ਤੇ ਤੁਹਾਨੂੰ ਖਾਣੇ 'ਚ ਕੀ ਪਸੰਦ ਹੈ? ਸਾਨੂੰ ਭੁੱਖ। ਕੀ ਪਸੰਦ ਹੈ ਜੀ? ਇੰਨੀ ਗੁਰਬਤ ਵੇਖੀ। ਹਾਂ, ਸਾਨੂੰ ਨਾ ਹਫ਼ਤਾ ਪਹਿਲੇ ਪਤਾ ਲੱਗਾ ਵੀ ਰੈੱਡ ਬੁੱਲ ਪੀਦਾ ਹੈ। ਉਹ ਅਸੀਂ 5 ਸਾਲ ਇਹੀ ਸਮਝਦੇ ਰਹੇ ਵੀ ਇਸਲਾਮਾਬਾਦ ਨੂੰ ਕੋਈ ਨਵਾਂ ਟਾਈਪ ਨਿਕਲੇ ਆ। ਬਹੁਤ ਗੁੱਡ। ਸਾਡੇ ਤੇ ਖਾਨਦਾਨ 'ਚ ਕੋਈ ਕਾਟਨ ਦਾ ਸੂਟ ਪਾ ਲਿਆ ਤੇ ਉਹਨੂੰ ਵਜ਼ੀਰ ਆਜ਼ਮ ਕਹਿੰਦੇ ਜੀ। ਇੰਨੀ ਗੁਰਬਤ, ਇੰਨੀ ਗੁਰਬਤ! ਅਸੀਂ ਈਦ ਵਾਲੇ ਦਿਨ ਦੁੱਧ 'ਚ ਫੇਰੀਆਂ ਤੇ ਨਹੀਂ ਪਾਉਂਦੇ। ਹਾਂ, ਅੰਮ੍ਰਿਤ ਸਾਹਮਣੇ ਬੈਠ ਕੇ ਦੁੱਧ ਤੇ ਲਾਣ ਤਾਂ ਪਾਓ। ਉਹ ਪਿਛੋਣਾ ਫਿਰ ਇੱਕ ਦਿਨ ਭੈਣ ਤੇ ਬੋਧੀ ਪੈ ਗਈ ਸੀ। ਨਹੀਂ ਨਹੀਂ, ਬਹੁਤ ਜ਼ਿਆਦਾ ਜ਼ੁਲਮ ਹੈ ਤੁਹਾਡੇ ਨਾਲ ਇਹ ਸੁਣ ਕੇ। ਤੇ ਤੁਸੀਂ ਰੋਟੀ ਮੰਗਾ ਦਿਓ ਸਾਨੂੰ। ਰੋਟੀ? ਬਾਸ ਹੋਟਲ ਤੋਂ? ਬਾਸ? ਹਾਂਜੀ। ਅੱਛਾ, ਇਹ ਸੈਟੇਲਾਈਟ ਹੋਣ ਕਰ ਮਸ਼ਹੂਰੀਆਂ ਕੁੱਤੇ ਦਾ ਪੁੱਛਣਾ ਜਿੱਥੋਂ ਫ੍ਰੀ ਖਾਣਾ ਸਾਰੇ ਆ।
ਗੰਦੀ ਮਾਰਿਆ ਬੱਚੇ। ਸਲਮਾਨ ਤੋਂ ਕੁਲਫੀ ਮੰਗਾ ਦਿਓ, ਉਹਦਾ ਤੀਲਾ ਚੂਸਦੇ ਰਵਾਂਗੇ। ਐ ਰਾਲੀ ਆਪ ਆਏ ਵੇ, ਅਸੀਂ ਕੋਈ ਰੋਕਿਆ? ਸਾਡੇ ਵੱਲੋਂ ਤੂੰ ਆਇਆ। ਅੱਛਾ ਮੇਰੀ ਗੱਲ, ਜਿਹੜੇ ਅਸੀਂ ਝੋਸੇ ਚੂਪਣ ਡੇ ਆ ਚੂਪ ਲਾ ਕੇ। ਨਾ ਨਾ ਮੌਸਮ ਨਹੀਂ ਗਾ। ਮੈਂ ਪੂਰੀ ਔਰਤ ਆ, ਗਿਲਾ ਸਾਰੀਆਂ ਚੀਜ਼ਾਂ ਪੂਰੀਆਂ, ਇੱਕ ਅੱਧੀ ਵਾਧੀ ਹੋਣੀ ਹੈ, ਘੱਟ ਨਹੀਂ ਹੈ। ਜਿਹੜੀ ਤੁਹਾਡੀ ਸ਼ੈ ਵੱਧ ਨਾ, ਇਸ ਤੋਂ ਤੁਹਾਨੂੰ ਬੰਦੇ ਨਹੀਂ ਖੜਦੇ। ਔਤਰੀ ਸਾਡੇ ਨਾਲ ਗੱਲਾਂ ਕਰਨ ਡਈ। ਨਸੀਬਾਂ ਦੀਆਂ ਮਾਰੀਆਂ, ਕਮੇਟੀਆਂ ਤੇ ਤੁਹਾਡੀਆਂ ਨਿਕਲੀਆਂ ਔਤਰੀਆਂ, ਤੁਹਾਨੂੰ 5,000 ਵਾਲੀ ਦੱਸੀ, ਸਾਨੂੰ ਸਿਰਫ 10 ਦਾ ਨੋਟ। ਸਾਨੂੰ ਤੇ 50 ਉਦੋਂ ਦਿੰਦੇ ਨੇ ਜਦੋਂ ਕਹੀਏ ਤੇਰੇ ਘਰ ਜਾ ਕੇ ਦੱਸਣ ਲੱਗੀ ਹੂੰ ਮੈਂ। ਔਤਰੀਆਂ ਤੁਹਾਡੀਆਂ ਮੌਜਾਂ ਨੇ, ਲੈਂਡ ਕਰੂਜ਼ਰ 1,000 ਹੁੰਦੇ, ਸਾਨੂੰ ਔਤਰੇ ਚਿੰਗ ਜੀ ਤੇ ਬਾ ਕੇ ਗੋਜਾਮਾ ਚੁੱਕ ਲੈਂਦੇ ਨੇ। ਜਿੰਨੀ ਦੇਰ ਤੱਕ ਅੱਗੋਂ ਨਾ ਨਾ ਚੁੱਕੀਏ, ਤੁਹਾਨੂੰ ਵੀ ਸਕੂਨ ਨਹੀਂ ਆਉਂਦਾ। ਤੁਹਾਡੀਆਂ ਮੌਜਾਂ ਨੇ ਪੈਣਾ, ਨਸੀਬ ਤੁਹਾਡੇ, ਤੁਹਾਡੇ ਲਈ ਅਵਾਰੀ ਪੀਸੀ ਦਾ ਕਮਰਾ, ਸਾਡੇ ਲਈ ਰਹਿ ਗਿਆ ਤੂੜੀ ਵਾਲਾ ਅੰਦਰ। ਵੀ 10 ਉਤਰਿਆ, ਤੂੰ ਹੀ ਤੇ ਉੱਥੇ ਹੀ ਹੋਇਆ ਸੀ। ਮੈਂ ਉੱਥੇ ਹੀ ਹੋਇਆ ਤੇ ਨਾਲ ਹੀ ਕੱਟਾ ਵੱਜਾ ਸੀ, ਸਾਰੀ ਰਾਤ ਮੈਨੂੰ ਚੱਟਦਾ ਰਿਹਾ। ਵੇ ਤੂੰ ਇੰਗਲਿਸਤਾਨ ਚਲਾ ਜਾ ਜੇ ਯਾਰ ਤੇ। ਅੱਛਾ ਸੇਲੀ, ਤੇਰੇ ਕੋਲ ਕਿੰਨੇ ਕ ਪੈਸੇ ਨੇ? ਸਾਡੇ ਕੋਲ ਕੀ ਹੋਣਾ, ਤੁਹਾਡੇ ਕੋਲ ਹੀ ਜ਼ਿਆਦਾ ਨੇ। ਕੀ ਤੁਹਾਡੀ ਮੁਸਤਕਬਲ ਦੀ ਕਮਾਈ ਹੈ, ਸਾਡੀ ਮਾਜ਼ੀ ਦੀ ਕਮਾਈ ਹੈ। ਆਹੋ ਕੰਮ ਤੁਹਾਡਾ ਦੋਵਾਂ ਦਾ ਗੋਸ਼ ਦਾ ਹੀ ਹੈ, ਪਰ ਫਰਕ ਇਹਦਾ ਵੀ ਤੁਹਾਡਾ ਪਾਈ ਆ 50,000 ਦਾ, ਇਹਨਾਂ ਦਾ 5 ਕਿਲੋ ਅੱਸੀਆਂ ਦਾ। ਬੜੀਆਂ ਗੱਲਾਂ ਕਰਨ ਡਿਆ। ਸੇਮ ਕਾਰੋਬਾਰ ਹੈ ਤੁਹਾਡਾ, ਕੀ ਤੁਹਾਡੀ ਦੁਕਾਨ ਅਗਲੇ ਚੌਂਕ 'ਚ, ਉਹਨਾਂ ਦੀ ਪਿਛਲੇ ਚੌਂਕ 'ਚ। ਪੁੱਤਰਾ ਉਹ ਤੈਨੂੰ ਪੈਦੇ ਤੇਰੀ ਅੱਖਾਂ ਬਾਹਰ ਆ ਜਾਣ ਸਾਰੇ। ਗੱਲਾਂ ਹੀ ਹੋਣ ਡੀਆਂ। ਓਏ ਹੋਏ ਹੋਏ, ਲਓ ਜੀ ਇੰਟਰਵਿਊ ਵੀ ਹੋ ਗਿਆ, ਹਏ ਰੋਟੀ ਨਹੀਂ ਆਈ ਅਲਹਮਦੁਲਿਲਾ। ਉਹ ਤੁਸੀਂ ਮੰਗਾ ਲਓ ਅੱਜ, ਸਾਰੇ ਚਾਹ ਵੀ ਮੁੱਕ ਗਈ ਤੁਹਾਡੀ ਭੈਣ ਨੂੰ ਬੰਨੀ ਦੀ। ਅੱਛਾ ਮੈਂ ਸਮਝਿਆ ਕੋਈ ਚੀਜ਼ ਵੇਚ ਰਹੇ ਹੈ। ਹਾਂਜੀ ਅੱਬਾ ਜੀ, ਅੱਬਾ ਜੀ ਮੈਂ ਉਸ ਕੁੜੀ ਨਾਲ ਵਿਆਹ ਨਹੀਂ ਕਰਨਾ, ਮੈਂ ਤੁਹਾਨੂੰ ਦੱਸ ਦਿੱਤਾ ਬਸ। ਅੱਬਾ ਜੀ ਮੈਂ ਇੱਥੇ ਸ਼ਾਦੀ ਕਰ ਲਈ ਹੈ। ਹਾਂਜੀ ਤੁਸੀਂ ਆ ਰਹੇ ਹੋ? ਕਿੱਥੇ ਹੋ, ਘਰ? ਇੱਧਰ ਹੈਲੋ ਕਹਿ ਦੇ। ਹੈਲੋ, ਹਾਂਜੀ ਹੋ ਗਈ ਗੱਲ? ਜੀ ਉਹ ਕਹਿ ਰਹੇ ਸੀ ਜਿਹਨਾਂ ਬੱਚਿਆਂ ਦੇ ਪਿਓ ਨਹੀਂ ਗਏ ਉਹਨਾਂ ਦੀ ਮਰਤਬ ਸ਼ੁਮਾਰੀ ਕਰਨੀ ਜਣਾ। ਹਾਂਜੀ ਹੋ ਗਈ ਗੱਲ, ਬਾਹਰ ਨਿਕਲ ਝੂਠਿਆ, ਬਾਹਰ ਨਿਕਲ। ਅੱਬਾ ਜੀ ਇੱਧਰ ਆਏ, ਉਹਨੇ ਤੇ ਮੈਂ ਫੋਨ ਬੰਦ ਕੀਤਾ, ਤੁਸੀਂ ਆ ਵੀ ਗਏ? ਮੈਂ ਫੋਨ ਇੱਥੇ ਕਰਨਾ, ਮੈਂ ਖਲੋ ਕੇ। ਓਏ ਤੂੰ ਮੈਨੂੰ ਬੇਜ਼ਬਾਨਾ ਕਰ ਦਿੱਤਾ ਹੈ, ਮੈਂ ਚੌਧਰੀ ਬੁਲੰਦਿਆਂ ਦੀ ਕੁੜੀ ਦੇ ਨਾਲ ਤੇਰਾ ਰਿਸ਼ਤਾ ਕੀਤਾ ਸੀ, ਤੇ ਤੂੰ ਅੱਗੋਂ ਮੈਨੂੰ ਹੋਰ ਗੱਲਾਂ ਸੁਣਾ ਦੇ। ਅੱਬਾ ਜੀ ਮੈਂ ਉਹਦੇ ਨਾਲ ਸ਼ਾਦੀ ਕਰਾਂਗੇ ਜਿਹਦੇ ਨਾਲ ਮੈਂ ਪਿਆਰ ਕਰਨਾ, ਮੈਂ ਤੁਹਾਡੇ ਕਹਿੰਦੇ ਸ਼ਾਦੀ ਕਿਵੇਂ ਕਰ ਲਾ? ਮੈਂ ਉਹਦੇ ਨਾਲ ਜ਼ਿੰਦਗੀ ਨਹੀਂ ਬਸਰ ਕਰ ਸਕਦਾ, ਮੈਂ ਸ਼ਾਦੀ ਕਰ ਲਈ ਹੈ। ਵਾਹ ਮਾਂ ਦੇ ਫੰਨੇ ਸਾਂ, ਮੈਂ ਤੇ ਪਿੰਡੋਂ ਬੜੀਆਂ ਆਸਾਂ ਤੇ ਉਮੀਦਾਂ ਲੈ ਕੇ ਆਇਆ ਸਾਂ, ਤੂੰ ਤੇ ਮੇਰੀ ਆਸਾਂ ਉਮੀਦਾਂ 'ਚ ਪਾਣੀ ਫੇਰ ਦਿੱਤਾ। ਓਏ ਮੇਰੀ ਗੱਲ, ਪਾਣੀ ਫੇਰਿਆ ਨਹੀਂ ਮੈਂ, ਪਾਣੀ ਤੇਰੇ ਅੱਗੇ ਡਾਇਆ। ਇਹ ਬਕਵਾਸ ਕਰਿਆ, ਸੌਰੀ ਕਿੰਨੇ ਜਣੇ ਹੋ ਤਾਂ ਕਿ ਆਸਾਨੀ ਨਾਲ ਲਾਭ ਕੋਈ ਨਾਲੇ ਪੁੱਲ ਬਣ ਗਏ, ਤੂੰ ਬੰਦੇ ਦਾ ਪੁੱਤਰ ਨਹੀਂ ਬਣਿਆ, ਮਸ਼ੀਰਾ ਲੁੱਚੀ ਰਿਹਾ। ਉਹ
ਉਹ ਵੀ ਤੇਰੇ ਕੋ ਹਰਾਮ ਦੀ ਸੀ। ਯਾਰ ਤੂੰ ਟੈਨਸ਼ਨ ਲੈ, ਤੈਨੂੰ ਸਿਆਲਕੋਟ ਦਰਵਾਜ਼ੇ ਲਾ ਕੇ ਆਇਆ। ਲਾ ਕੇ ਅੱਬਾ ਜੀ, ਅਸਲ ਦੇ ਵਿੱਚ ਮੈਂ ਸ਼ਾਦੀ ਕਰ ਲਈ ਹੈ। ਕਿਹਨਾਂ ਨਾਲ ਕੀਤੀ ਆ? ਨਹੀਂ ਜੀ, ਕੁੜੀ ਨਾਲ ਕੀਤੀ, ਹੋਰ ਮੈਂ ਘੋੜੀ ਨਾਲ ਕਰਨੀ ਸੀ। ਬਲਾ ਕਿੱਥੇ ਹੋ ਤੇਰੀ? ਮੈਂ ਹੁਣੇ ਬੁਲਾਉਣਾ, ਤੁਸੀਂ ਗੁੱਸਾ ਤਾਂ ਨਹੀਂ ਕਰੋਗੇ? ਨਹੀਂ, ਵੇਖ ਲੈਣਾ। ਮੈਂ ਤੈਨੂੰ ਆਉਣਾ ਬੇਗਮ, ਮੇਰੀ ਬੇਗਮ ਮਾਂ ਮਰ ਗਈ ਪੌਦੇ ਪਾਲੇ ਧੀ ਦਾ ਨਾ ਅੰਗੀਠੀ। ਅੱਬਾ ਵੈਸੇ ਅੱਠ ਸਵਾਰੀਆਂ ਬਣਾਉਣ ਲੱਗੇ, ਤੇਰੇ ਮੂੰਹ ਚੋਂ ਝੱਗ ਤੇ ਨਿਕਲੀ ਆਉਂਦੀ। ਓਏ ਉੱਥੇ ਪੁੱਤਰਾ, ਓਫ ਮਾਈ ਗੋਡ, ਇਹਦੀ ਲਿੱਤ ਦਾ ਟਾਈਮ ਹੋਇਆ ਅਜੇ। ਇਹ ਕੀ ਕੰਜਰਖਾਨਾ ਇੱਥੇ? ਅੱਬਾ ਜੀ, ਇਹ ਸਾਜ ਸਮਾਨ ਨੇ। ਅੱਛਾ, ਉਹ ਵਿਚਕਾਰਲੇ ਦੋ ਜਣੇ ਉਹਨਾਂ 'ਚ ਅਚਾਰ ਪਾਇਆ ਉਹਨਾਂ ਨੇ ਇਹਦੇ 'ਚ। ਉਹ 1515 'ਤੇ ਫੋਨ ਕਰੋ, ਬੱਚੇ ਨੇ ਜ਼ਿਆਦਤੀ ਹੋ ਰਹੀ ਪਿੱਛੇ। ਇਹ ਬੱਚਾ ਨਹੀਂ, ਇਹ ਮੇਰਾ ਵੱਡਾ ਮੁੰਡਾ, ਲੰਗੜੀ ਘੋੜੀ 'ਚੋਂ ਹੈ। ਬੁਲਾ ਕਿੱਥੇ ਹੀ? ਅੱਬਾ ਜੀ, ਮੈਂ ਆਪਣੀ ਬੇਗਮ ਨੂੰ ਬੁਲਾਉਣਾ, ਮੈਨੂੰ ਲੱਗਦਾ ਉਹ ਨਹਾ ਰਹੀ ਸੀ। ਜਾਨੂ, ਤੁਸੀਂ ਬੈਡ ਵਾਲੇ ਸਟੈਪ ਇੱਥੇ ਕਰਨ ਡਏ ਹੋ? ਸਲਾਮ ਅਲੈਕੁਮ। ਅੱਜ ਤੇਰੀ ਅੰਮੀ ਓਏ, ਇਹ ਤੇਰੀ ਬੀਵੀ ਹੈ? ਹਾਂਜੀ, ਇਹ ਤੇਰੀ ਬੀਵੀ ਹੈ? ਹਾਂਜੀ, ਇਹ ਹਲੀ ਮੈਂ ਬੀਵੀ ਦਾ ਸ਼ਾਸ਼ਾ ਕਢਾਇਆ। ਅੱਬਾ ਜੀ, ਇਹ ਮੇਰੀ ਬੀਵੀ। ਹਾਂ, ਮੈਂ ਜੀ ਇਹਨਾਂ ਦੀ ਜ਼ੌਜਾ ਮਾਜਦਾ। ਹੈ ਜ਼ੌਜਾ ਮੇਰੇ ਨੂੰ ਮਾਜਦਾ ਤੁਹਾਡੇ ਨੂੰ? ਓਏ ਸਾਜਦਾ ਮਾਜਦਾ। ਨਹੀਂ, ਕਿੱਥੋਂ ਆਈ ਹੈ ਤੇ? ਤੇਰੀ ਮਾਂ ਦਾ ਨਾਂ ਕੀ ਹੈ? ਮੇਰੀ ਮਾਂ ਦਾ ਨਾਂ ਹੈ ਸ਼ਮੀ ਮਾਰਾ। ਥੱਲਿਓ ਸ਼ਮੀ ਪਾਰਾ। ਏ ਜੀ, ਅੱਬਾ ਇਹਨੂੰ ਤਲਾਕ ਦੇ। ਏ ਕਟਿਆ ਖੂਨੇ, ਨੱਚਣ ਵਾਲੀ ਹੈ, ਇਹਦੀ ਮਾਂ ਵੀ ਨੱਚਦੀ, ਤੇਰੀ ਭੈਣ ਵੀ ਨੱਚਦੀ, ਦਾਦੀ ਵੀ ਨੱਚਦੀ। ਅੱਬਾ ਜੀ, ਮੂੰਹ ਬੰਦ ਕਰੋ ਆਪਣਾ। ਮੈਂ ਠੀਕ ਕਹਿ ਰਿਹਾ? ਇਹ ਮੇਰੀ ਹੋਣ ਵਾਲੀ ਬੀਵੀ ਹੈ। ਇਹ ਮੇਰੀ ਮੇਰੀ ਨਸਲ ਦੀ ਡਰਾਈਵਰ ਹੈ। ਇਹਨੇ ਅੱਗੋਂ ਮੇਰੀ ਨਸਲ ਚਲਾਉਣੀ ਹੈ, ਭਾਵੇਂ ਇਹਦੀ ਇਹਦੀ ਚਲਾ ਦੇਵੇ। ਇਹਦੇ ਕੁੱਤੇ ਦੀ ਬੱਚੀ ਵੈਗਨ ਨਹੀਂ ਚਲਾ ਸਕਦੀ। ਇਹ ਕੁੱਤੇ ਦੇ ਆ ਪੁੱਤਰਾ, ਗਾਲਾਂ ਕੱਢਣ ਡਿਆ। ਤੇਰੀ ਮੈਂ ਹਜ਼ਾਰ ਕਰਨ ਡਈ ਆ ਜੀ ਬੇਗਮ, ਮਰਨੇ ਆ ਅੰਨੀ ਦੇ ਚਪੇੜ, ਉਹਨੇ ਮਾਰੀ ਤੇ ਮਾਰਨ ਮੈਨੂੰ ਡਿਆ। ਬੇਗਮ, ਕੀ ਹੋ ਗਿਆ ਤੁਹਾਨੂੰ? ਨਹੀਂ ਮੇਰੇ ਕੀ ਹਾਲ ਨੇ? ਇਹ ਮੇਰੀ ਇੱਜ਼ਤ ਹੋਣ ਡਈ, ਇਹ ਮੇਰੀ ਕਦਰ ਹੋਣ ਡਈ ਹੈ। ਛੱਡ ਦੇ, ਵੇ ਮੈਨੂੰ ਕਿੰਨਾ ਚੁਭਣ ਡਿਆ। ਕਿਹੜੇ ਕਿਲ ਠੋਕਣ ਦੇ ਆ ਤੂੰ? ਅੱਛਾ ਭਾਈ, ਧਿਆਨ ਨਾ ਪੈਣਾ, ਇੱਥੋਂ ਛੱਡ ਵੀ ਦਿੰਦਾ ਹੁੰਦਾ ਜੀ। ਅੱਬਾ ਜੀ, ਤੁਸੀਂ ਇੱਧਰ ਹੋ ਜਾਓ। ਬੇਗਮ, ਕੀ ਕਰ ਰਹੇ ਹੋ ਤੁਸੀਂ? ਹੱਥ ਹੌਲਾ ਰੱਖਿਆ ਹੈ। ਓਏ ਕੀ ਕਰ ਰਹੇ ਹੋ? ਮੇਰੇ ਅੱਬਾ ਜੀ ਆਏ ਨੇ। ਤੁਹਾਡੀ ਬੇਗਮ ਮੈਡਮ, ਇਹਨੂੰ ਇੰਨੀ ਤਮੀਜ਼ ਨਹੀਂ, ਮੈਂ ਆਪਣੀ ਨੂੰਹ ਨਾਲ ਕਿੰਨੀ ਗੱਲ ਕਰਨੀ ਹੈ? ਇਹਨੇ ਸ਼ਾਦੀ ਕੀਤੀ ਆ ਜੀ? ਅੱਬਾ ਜੀ, ਮੈਂ ਸਿਆਣੇ ਦੀ ਗੱਲ ਨਹੀਂ ਸੁਣੀ ਕਿ ਰੋ ਕਰਾਣਾ ਪਈਏ, ਭਾਵੇਂ ਪਿੰਡਾ ਦੂਰ ਹੋਵੇ, ਫਲ ਮਿੱਠਾ ਖਾਓ, ਭਾਵੇਂ ਉੱਚੀ ਲੰਮੀ ਖਜੂਰ ਹੋਵੇ, ਤੇ ਮਾਂ ਪਿਓ ਨੂੰ ਕਦੀ ਬੁਰਾ ਨਾ ਕਹੋ, ਭਾਵੇਂ ਉਹਨਾਂ ਦਾ ਲੱਕ ਕਸੂਰ ਹੋਵੇ। ਤੇ ਟੋਰਦੀ ਫਿਰਦੀ ਔਰਤ ਨਾਲ ਕਦੀ ਵਿਆਹ ਨਾ ਕਰੋ, ਭਾਵੇਂ ਜੰਨਤ ਦੀ ਹੂਰ ਹੋਵੇ, ਤੇ ਉਸ ਰਾਹ ਚੋਂ ਕਦੀ ਨਾ ਲੰਘੋ ਜਿਸ ਰਾਹ ਚ ਖਲੋਤਾ ਸੂਰ ਹੋਵੇ। ਉਸ ਗਲੀ ਚ ਕਦੀ ਵੀ ਨਾ ਜਾਓ ਜਿਥੇਰੀ ਭੈਣ ਪੁੱਛੋ ਦਾ ਤਨੂਰ ਹੋਵੇ, ਜਿਹੜੀ ਆਪਣੇ ਦੋ ਪੇੜੇ ਵਹਾ ਗਿਆ ਤੇ ਤਿੰਨ ਲਗਾ ਲੈਂਦੀ ਹੈ। ਤੇ ਪੇੜਿਆਂ ਦੀ ਗੱਲ ਕੀਤੀ ਹੈ? ਬੱਚਿਆ, ਤੇਰੀ ਯਾਦਾਸ਼ਤ ਚਲੀ ਜਾਂਦੀ ਹੈ? ਇੰਨੀਆਂ ਸਵਾਰੀਆਂ ਲਾ ਕੇ ਔਲ ਫੁੱਲ ਹੋ ਗਿਆ। ਜ਼ਫਰੀ ਖਾਨ ਸਾਡੇ ਸ਼ਹਿਰ 'ਚ ਆਏ ਨੇ, ਇੰਨੀ ਕੋ ਕਲੈਬ ਕਰਨ ਨੂੰ ਪਤਾ ਲੱਗਿਆ ਕੋਈ ਨਾ, ਕਿੰਨਾ ਇਹਨੂੰ ਪਿਆਰ ਕਰ। ਇਹ ਅਸਲ 'ਚ ਨਾ ਇਹ ਤੇਰਾ ਹੋਣ ਵਾਲਾ ਸੌਂਕਣ ਹੈ। ਬਾਬਾ ਜੀ, ਅਸਲ ਦੇ ਵਿੱਚ ਨਾ ਇਹ ਵੇਓ ਮੈਂ ਖਵਾਤੀਨ ਨਹੀਂ, ਖਵਾਤੋਨ ਨਾ, ਨਹੀਂ ਤਾਂ ਮੇਰੀ ਜਾਨ
ਤੂੰ ਮੈਨੂੰ ਨਹੀਂ ਜਾਣਦੀ ਕੀ ਕਰੇਂਗੀ ਕੀ ਕਰੇਂਗੀ ਤੈਨੂੰ ਕੀ ਹੈ ਨਹੀਂ ਤੈਨੂੰ ਕੀ ਹੈ ਨਹੀਂ ਮੈਂ ਤੈਨੂੰ ਕਹਣ ਲਈ ਤੈਨੂੰ ਕੀ ਹੈ अच्छा सुचल सौदे वेख के ते तुसी भी चेक कराओ इत्थे नहीं नहीं अगले ने पैसे खर्चे इतने झूठो झूठ नहीं होना रला ना लई इधर चलो इधर करना प्यो बने जप्पे पा ला कुछ नहीं होना ठहर जा टोली चुका प्यो बने शवल का बच्चा ना हो प्यार ने सारा कुछ करना तानू खुश करने जिन्हें भी इतने आए हो बाला साहब पागल है तू मतलब ए करके मुंह बदल इंज मार ला करना कद पहले रौला पाउन नहीं तू मेरी गल सुन देख तू गुजरल का बहुत अच्छा फनकार मैं तेरी बहुत इज्जत करना तेन पता है लेकिन जो कहेगा सच कहेगा झूठ ना बोली सीनियर ना झूठ ना बोली ਤੁਹਾਡਾ ਨਾ ਕਦੇ ਵੀ ਨਹੀਂ ਝੂਠ ਬੋਲਾਂਗਾ ਪੱਕੀ ਗੱਲ ਹੈ ਪੱਕੀ ਗੱਲ ਐ ਸੂਟ ਆਪਣੀ ਬੀਵੀ ਦਾ ਪਾਇਆ ਆਈ ਨਾ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਕਿਉਂਕਿ ਪਰਸੋਂ ਨੇ ਮੇਰੇ ਸਾਹਮਣੇ ਹੀ ਇਹਨੂੰ ਲਾਇਆ ਸੀ